शराब पीना सेहत लई हानिकारक है। हेलो हेलो, ओ बाज आउन लागी। ओए आहो यार, आउन लागी बाज। तू परे जा यार, मैं तो होर नत नहीं सड़ी ले ली। हेलो, हाँ जी, मैं तुहाडा हरमन प्यारा सेमा बकरियां वाला तुहाडा प्यारा कमेंटर अज तुहाडा स्वागत करदा जी बुरज खेड़ा दे सलाना क्रिकेट टूरनामेंट दे विच। जोरदार तालियां। जिन्ना कुत्ता बकरी दे हड्ड नू करदा है। ओ मोटिया, ओ शॉट मार, शॉट टेस्ट मैच नहीं हैगा है। ओ किसे होर नू भी खेडण दे सालिया हाथिया। आहो, तू तो बहुत वधिया खेडेगा। इनू भावे गेंद रोड़ के छड्ड दियो, चौका छक्का लाउणा तां इहदे असूलां दे खिलाफ है। ओ क्यों बकवास करी जांदा है। लो जी, मैच च बुरज खेड़े दी टीम नू चाहिंदियां ने 80 रना ते ओवर ने सिर्फ 4। अब उधर भेजा किने? तू भेजे? ओ मैं नहीं भेजा यार। पैर मारा साले दे मैं। पता नहीं किने भेजे। केड़ी टीम हारूगी? अब्बा अभी क्यों ना रहा है? ओ मेरा खेल है। शावा शावा डमरू, मेरे यहाँ को बढ़िया खेड़ी। चकने चकने डमरू। ओ जा डमरू। ऐसा बुरज खेड़ा है ना, कोई गल कहीं ना। भाई हुण बहुती थू थू कराउण दी लोड़ नहीं। ओए एक एक करके खिसक जो करानू। जगता किथे है? पता नहीं यार, जगता किथे है? आया नहीं कि जेड़े पिंड विच टूर्नामेंट हो रहा हुंदा है उस पिंड दी टीम लिए लाजमी है कि ओ रज के मेहनत करे ते उस टीम दे कैप्टन नु भी चाहिदा है कि ओ रज के टीम दा साथ देवे भावे किन्ना भी जरूरी काम क्यों ना हो। ਆਪਣੇ ਵਿੱਚ
ਲਓ ਜੀ ਤਾਈ ਬਿਸ਼ਨੀ ਤਾਂ ਲੈ ਗਈ ਆਪਣੇ ਮਿੱਠੂ ਨੂੰ ਘਰੇ। ਜਿਹੜੀਆਂ ਮਾੜੀਆਂ ਮੋਟੀਆਂ ਉਮੀਦਾਂ ਸੀ ਇਸ ਮੁੰਡੇ ਤੇ ਸੀਗੀਆਂ, ਬਾਈ ਹੁਣ ਤਾਂ ਟਾਈਮ ਗਾਲਣ ਵਾਲੀ ਗੱਲ ਹੀ ਹੈ ਜੀ। ਲਓ ਜੀ ਹੁਣ ਪਾਣੀ ਦੀ ਬ੍ਰੇਕ ਹੋ ਚੁੱਕੀ ਹੈ, ਹੁਣ ਬੁਰਜ ਖੇੜਾ ਦੀ ਟੀਮ ਦੇ ਕੋਲੇ 3 ਓਵਰ ਬਚੇ ਨੇ ਤੇ ਦੌੜਾਂ ਬਣਾਉਣੀਆਂ ਨੇ 60। ਬੇਇੱਜ਼ਤੀ ਬਹੁਤ ਹੁੰਦੀ ਹੋਣੀ ਆਪਣੀ, ਹਾਰ ਪਈ ਨੇ ਦਸ ਦਸ ਨੋਟਾਂ ਵਾਲੇ। ਚੱਲ ਆਹ ਮੈਚ ਤਾਂ ਪਤਾ ਨੀ ਕਦੋਂ ਜਿੱਤਣਾ, ਜਿਹੜਾ ਪਹਿਲਾਂ ਤੂੰ ਪਾਇਆ ਉਹ ਜਿੱਤ ਲਈਏ, ਚੱਲ ਛੇਤੀ ਚੱਲ। ਲਓ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿਚਕਾਰ ਅਬੋਹਰ ਇਲਾਕੇ ਦੇ MLA ਸਰਦਾਰ ਸ਼ਮਸ਼ੇਰ ਸਿੰਘ ਜੀ ਢਿੱਲੋਂ ਉਹ ਪਹੁੰਚ ਚੁੱਕੇ ਨੇ ਤੇ ਨਾਲ ਉਹਨਾਂ ਦੇ ਕਾਕਾ ਜੀ ਸਰਦਾਰ ਬੱਲੀ ਢਿੱਲੋਂ ਜੀ ਵੀ ਪਹੁੰਚ ਚੁੱਕੇ ਨੇ। ਜ਼ੋਰਦਾਰ ਤਾੜੀਆਂ ਉਹਨਾਂ ਦੇ ਸਵਾਗਤ ਤੇ। ਲਓ ਜੀ ਮੰਗਾ ਸਵੇਰ ਦਾ ਉਮੀ ਖੜਾ ਹੈ, ਭਾਵੇਂ ਉਹਨੇ 7 ਰਨ ਬਣਾਏ ਨੇ। ਲੈ ਵੀ ਆ ਗਿਆ ਮੇਰਾ, ਉਹ ਆ ਗਿਆ ਜੀ ਸਾਡਾ ਸਚਿਨ ਤੇਂਦੁਲਕਰ, ਬੁਰਜ ਖੇੜੇ ਦਾ ਕਪਤਾਨ, ਜਗਤਾ ਤਾੜੀਆਂ। ਮੈਨੂੰ ਆਊਟ ਕਰੋ ਤੇ ਮੈਨੂੰ ਬਾਹਰ ਕੱਢੋ। ਅੱਛਾ ਗੱਲ ਸੁਣ ਇੱਕ ਮਿੰਟ, ਇੱਕ ਰੂਲ ਹੋਰ ਹੁੰਦਾ, ਜਦੋਂ ਬੰਦਾ ਕਹਿੰਦੇ ਆ ਨਾ ਜ਼ਖਮੀ ਹੋ ਜਾਏ ਨਾ ਉਦੋਂ ਵੀ ਬਾਹਰ ਹੁੰਦਾ। ਚੱਲ 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 ਬਾਹਰ ਚੱਲ, ਪਹਿਲਾਂ ਮੈਚ ਦੇਖ ਲਾ ਸਾਲਾ ਘੋਗੜ ਜਿਹਾ। ਦੌੜਾਂ ਬਣਾਉਣੀਆਂ ਨੇ 60। ਉਹ ਬਹਿ ਜਾ ਹੁਣ, ਤੈਨੂੰ ਦੋ ਲੱਸੀ।
ਆ ਸ਼ਾਬਾਸ਼ ਜੇਤੂ ਟੀਮ ਦੇ ਕਪਤਾਨ ਸਰਦਾਰ ਜਗਤ ਸਿੰਘ ਜੀ ਜੱਟਾ ਦੀ ਸਟੇਜ ਤੇ ਆਉਣ ਦੀ ਬੜਾ ਤਕੜਾ ਖੇਡਦਾ ਹੈ ਬਸ ਤੁਹਾਡਾ ਆਸ਼ੀਰਵਾਦ ਹੈ ਜੀ ਕਿਹਨਾਂ ਦਾ ਹੈ ਮੈਂ ਜੀ ਗੁਰਬਖਸ਼ ਸਿੰਘ ਮਾਨ ਦਾ ਮੁੰਡਾ ਜੀ ਹੈ ਗੁਰਬਖਸ਼ ਸਿੰਘ ਮਾਨ ਦਾ ਮੁੰਡਾ ਜੀ ਗੁਰਬਖਸ਼ ਸਿੰਘ ਮਾਨ ਭਾਜੀ ਆਪਣੇ ਬਖਸ਼ੂ ਦਾ ਮੁੰਡਾ ਜੀ ਜਿਹੜਾ ਬਾਹਰਲੇ ਫਿਰਨੀ ਤੇ ਰਹਿੰਦਾ ਓ ਅੱਛਾ 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 ਆਪਾਂ ਚਾਰ ਘੰਟੇ ਲੱਗੇ ਸੀ ਇਹਨੂੰ ਬਾਹਣ ਵਾਸਤੇ ਅੱਛਾ ਜਿਉਂਦਾ ਤੇ ਹੁਣ ਕਾਕਾ ਬੱਲੀ ਢਿੱਲੋਂ ਜੀ ਆਪਣੇ ਕਰ ਕਮਲਾ ਦੇ ਨਾਲ ਦੇਣਗੇ ਅੱਜ ਦਾ ਨਗਦ ਮੈਨ ਆਫ ਦਾ ਮੈਚ ਇਨਾਮ ਤਾੜੀਆਂ ਸੋਹਣਾ ਖੇਡਦਾ ਛੋਟੇ ਕ੍ਰਿਕਟ ਦਾ ਮੈਂ ਵੀ ਬਹੁਤ ਵੱਡਾ ਫੈਨ ਅੱਛਾ ਜੀ ਸਾਡੇ ਲਈ ਕੋਈ ਲੋੜ ਹੋਈ ਦੱਸੀ ਜ਼ਰੂਰ ਜੀ ਚੰਗਾ 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 ਬਈ ਓਕੇ ਜਿਉਂਦਾ ਚੰਗਾ ਜੀ ਤੇਰੇ ਸਕੂਟਰ ਦੀ ਆਹ ਹੋ ਖੜਾ 90 ਮਾਡਲ ਦਾ ਚੇਤਕ ਨਵਾਂ ਸਕੂਟਰ ਮਾਰ ਕੇ ਕਿਤੇ ਉੱਡ ਜਾ ਸਕੂਟਰ ਦਿੱਤਾ ਕਿ ਰਾਕਟ ਆਈ ਸਮਝ ਲੈ ਪੁੱਤ ਸ਼ਾਬਾਸ਼ ਉੱਡ ਜਾ ਪੁੱਤ ਉੱਡ ਜਾ ਤੂੰ ਇੱਥੇ ਤੁਸੀਂ ਇੱਥੇ ਤੈਨੂੰ ਮਿਲਣ ਆਈ ਆ ਤੈਨੇ ਗੇੜਾ ਮਾਰ ਲੈਣਾ ਸੀ ਹੁਣ ਬੇਬੇ ਬਾਪੂ ਨੇ ਜਾ ਕੇ ਜਾਣਾ ਸੀ ਕਿਉਂ ਮੈਨੂੰ ਕਿਸੇ ਤੋਂ ਡਰ ਲੱਗਦਾ ਰਾਤ ਨੂੰ ਦੇਖੋ ਜੀ ਤੁਸੀਂ MLA ਦੀ ਕੁੜੀ ਹੋ ਤੁਹਾਨੂੰ ਨਹੀਂ ਲੱਗਦਾ ਮੈਨੂੰ ਬੜਾ ਲੱਗਦਾ ਜੀ ਬੇਬੇ ਬਾਪੂ ਨੇ ਜਾ ਕੇ ਜਾਣਾ ਸੀ ਮਸਾ ਤਾਂ ਤੇਰੀ ਕਿਸਮਤ ਜਾਗੀ ਹੈ ਹੁਣ ਤੇਰੇ ਬੇਬੇ ਬਾਪੂ ਨੇ ਜਾਗ ਜਾਣਾ ਸਭ ਛੱਡ ਮੈਨੂੰ ਨਾ ਇੱਕ ਮਿੱਠੀ ਜਿਹੀ ਪਾਰੀ ਦੇ ਦੇ ਤੁਸੀਂ ਸ਼ਾਇਦ ਚੱਟਣ ਨਹੀਂ ਫਿਰਦੇ ਜੀ ਪਾਰੀ ਵੀ ਨਹੀਂ ਦਿੰਦਾ ਆ ਕਦਾ ਪਿਆਰ ਹੋਇਆ ਦੇਖੋ ਜੀ ਬਿਨਾਂ ਪਾਰੀਆਂ ਤੋਂ ਵੀ ਤਾਂ ਬੰਦਾ ਪਿਆਰ ਪਿਓ ਚੱਕ ਕਰ ਹੀ ਲੈਂਦਾ ਜੀ ਕਿਹੜਾ ਪਿਆਰ ਸ਼ੂਗਰ ਫ੍ਰੀ ਕਹਿੰਦੇ ਜੀ ਗੱਲਾਂ ਛੱਡ ਤੇ ਪਾਰੀ ਦੇ ਦੇ ਨਾ ਬੇਬੇ ਬਾਪੂ ਜਾਗ ਦੂ ਨਾ ਕਹਿਣਾ ਬੇਬੇ ਜਾਗ ਦੂ ਪਾਰੀ ਨਹੀਂ ਕਿਤੇ ਨੀ ਮਰਿਆ ਤੂੰ ਘਰੇ ਪਿਆ ਪਿਓ ਤੇਰਾ ਤੈਨੂੰ ਬਹੁਤ ਸ਼ਰਮਾਂ ਆਉਂਦੀਆਂ ਨੇ ਹੁਣ ਕੱਢੋ ਬਸ਼ਰਮ ਹੋਇਆ ਤੇਰੀ ਜਿਹੜੀ ਜਵਾਨੀ ਡੁੱਲ ਡੁੱਲ ਪੈਣ ਡਈ ਆ ਨਾ ਓ ਪੁੱਤ ਤੂੰ ਬਣ ਲਿਆ ਵਕੀਲ ਓ ਜੇ ਤੇਰੇ ਆਹੀ ਲੱਛਣ ਰਹੇ ਨਾ ਕਚਹਿਰੀਆਂ ਦੇ ਬਾਹਰ ਚਾਹ ਵੇਚੇਗਾ ਮੈਂ ਕਿਹਾ ਪਤਾ ਨੀ ਕੀ ਹੋ ਗਿਆ ਓ ਬਾਪੂ ਅੱਧੀ ਰਾਤ ਤੱਕ ਟਹਿ ਜਾਣਾ ਨਾ ਆਪ ਸੌਂਦਾ ਨਾ ਕਿਸੇ ਨੂੰ ਸੌਣ ਦਿੰਦਾ ਹੁਣ ਜੇ ਤੂੰ ਚੂਪ ਐ ਕੀਤੀ ਨਾ ਗਿੱਟਾ ਭਾਂਡੂ ਤੇਰਾ ਮੈਂ ਸਮਝਾ ਲਾ ਚੰਗੀ ਤਰ੍ਹਾਂ ਜਿੱਦਾਂ ਦਾ ਬੇਬੇ ਦਾ ਸੁਭਾਅ ਬਾਜੀ ਉਦਾਂ ਦਾ ਸੁਪਨਾ ਸੱਚੀ ਆ ਗਿਆ ਤਾਂ ਬੇਬੇ ਪੱਕਾ ਮਾਰ ਦੂ ਤੇਰੇ ਕਰਕੇ ਤਾਂ ਹੁਟਰੇ ਵਜਾਉਣਾ ਪੈਂਦਾ ਇਹਨੂੰ ਤੇਰੇ ਕਰਕੇ
बाहर बाहर निकलो। ओए जाओगे की गाला खा के जाओगे हुण की बाजे वाले बुलावा थोड़े लिए चलो छेती बाहर बाहर निकलो छेती तू ही अंग्रेजी च बहुत समझाउंदी आ इह चंगा जी सत श्री अकाल अज तां लगदी बेइज्जती करा ली कनाह तों डमरुआ क्यों हल्के हुए कुत्ते वांगू पकाई मारदा फिरदा है जा भज इत्थों सानू काम करने जागता ओए आना आना थोड़ी देर तक फसल दी राखी आस्ते मन मन के आना ਕਿਤੇ ਉਧਰਲੀ ਫਸਲ ਤੇ ਘੜੇ ਨਾ ਪੈ ਜਾਣ ਤੇਰੀ ਤੇ ਓ ਕਨਾਤ ਕਨਾਤ ਓ ਕਿਉਂ ਭੋਕੀ ਜਾਣਾ ਕਨਾਤ ਤੇਲਾ ਤੇਰਾ ਨਾਮ
ਸ਼ਿਲਪਾ ਸ਼ੈਟੀ ਹੁੰਦੀ ਆ, ਸ਼ਿਵਰਿਆ ਰਾਏ ਹੁੰਦੀ ਆ। ਆਹੋ ਹੀ, ਤੁਸੀਂ ਆਪਦਾ ਦਿਮਾਗ ਵੀ ਲਾ ਲਿਆ ਕਰੋ। ਤੂੰ ਝਲਾਤ ਮਾਰਨੋਂ ਨਾ ਹਟੀ। ਮੈਨੂੰ ਲੱਗਦਾ ਤੂੰ ਤਾਂ ਉਹੀ ਗੀਤ ਗਾਇਆ ਕਰ ਉਹਦੇ ਨਾਲ ਪਿਆਰ ਮੈਂ ਪਾਉਣਾ ਜਿਹੜੀ ਬਲਟ ਚਲਾਉਂਦੀ ਆ। ਚੱਲ ਚੱਲੀਏ। ਮੇਰਾ ਨਾਂ ਹੈ ਜੀ ਨਿਤਿਸ਼ ਬਾਲੀ। ਗੁੱਡ। 12ਵੀਂ ਚ ਮੇਰੇ 60% ਸੀ ਤੇ ਪੰਜਾਬੀ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਹੈ ਜੀ। ਸ਼ਾਬਾਸ਼। ਨੈਕਸਟ। Good morning, sir. My name is Kaina Tillo. I have done my 12th from Dehradun and I have scored 68% of marks. Te mainu bull chalauna, horse riding karna bahut vadhiya lagda hai. Te hor ki shauk si mere? Haan, mainu na pahada vich ghumman da bahut shauk hai te main vadde hokke MP banna chahuni haan. Very good. All the best. Thank you, sir. Haan ji, next. ਭਾਬੀ ਯਾਰ ਮੱਧ ਪ੍ਰਦੇਸ਼ ਕਿਉਂ ਬਣਨਾ ਚਾਹੁੰਦੀ ਹੈ? ਉਹ ਤਾਂ ਸੂਬਾ ਹੀ ਬਹੁਤ ਵੱਡਾ। ਨਹੀਂ ਯਾਰ, ਮੈਂਬਰ ਆਫ ਪਾਰਲੀਮੈਂਟ ਹੁੰਦਾ। ਅੱਛਾ, ਜਿਵੇਂ ਭਗਵੰਤ ਮਾਨ। ਆਹੋ। ਅੱਛਾ ਸਰ ਜੀ, ਮੇਰਾ ਨਾਮ ਮੁਕੇਸ਼ ਹੈ, ਮੈਂ ਸਿੰਗਰ ਬਣਨਾ ਚਾਹੁੰਦਾ। ਉਹ ਬਹਿ ਜਾ ਗਿੱਪੀ ਗਰੇਵਾਲ। ਮੇਰਾ ਨਾਂ ਜੀ ਦਵਿੰਦਰ ਸ਼ਰਮਾ ਉਰਫ ਡਮਰੂ ਹੈ ਜੀ, ਤੇ ਮੈਂ ਪਲੱਸ ਟੂ ਦੇ ਵਿੱਚੋਂ 35% ਅੰਕ ਪ੍ਰਾਪਤ ਕੀਤੇ ਹਨ। ਗੱਲ ਬਹੁਤ ਹੁੰਦੇ ਯਾਰ ਇਕੱਲੇ ਬੰਦੇ ਵਾਸਤੇ। ਤੇ ਮੈਨੂੰ ਫੋਨ ਤੇ ਵਟਸਐਪ ਤੇ ਫੇਸਬੁੱਕ ਦੇਖਣ ਦਾ ਬਹੁਤ ਸ਼ੌਕ ਹੈ ਜੀ। ਉਹ ਫੇਸਬੁੱਕ ਤੇ ਵਟਸਐਪ ਹੌਬੀ ਨਹੀਂ, ਗੰਦੀ ਆਦਤ ਹੁੰਦੀ ਹੈ। ਨਹੀਂ ਜੀ, ਗੰਦਾ ਗਰੁੱਪ ਕੋਈ ਜੁਆਇਨ ਨਹੀਂ ਕੀਤਾ ਜੀ ਆਪਾਂ। ਲਗਾਤਾਰ ਤੀਸਰਾ ਸਾਲ ਹੈ ਨਾ ਤੇਰੇ ਵਾਸਤੇ ਬੀਏ ਫਸਟ ਈਅਰ ਦੀ ਕਲਾਸ ਚ? ਨਹੀਂ ਜੀ, ਸ਼ਾਨਦਾਰ ਚੌਥਾ ਹੈ ਜੀ। ਪੈ ਜਾ ਹੁਣ। ਸਰ ਮੇਰੇ ਘਸਾਲ ਹੀ ਮਾਰ ਗਏ ਸੀ ਯਾਰ। ਹਾਂਜੀ, ਨੈਕਸਟ ਕੌਣ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਜਗਤ ਸਿੰਘ ਹੈ ਜੀ ਤੇ ਮੈਂ 12ਵੀਂ ਬੁਰਜ ਖੇੜਾ ਤੋਂ ਪਾਸ ਕੀਤੀ ਹੈ ਜੀ। 70% ਨੰਬਰ ਆ ਨਾ। ਗੁੱਡ। ਤੇ ਮੈਨੂੰ ਕ੍ਰਿਕਟ ਖੇਡਣ ਦਾ, ਖੇਤੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਤੇ ਮੈਂ ਕਾਬਿਲ ਵਕੀਲ ਬਣਨਾ ਚਾਹੁੰਦਾ ਜੀ। ਵੈਰੀ ਗੁੱਡ। ਚਲੋ ਬਈ, ਹੋ ਗਏ ਇੰਟਰੋਡਕਸ਼ਨ। ਆਓ, ਖੂਹ ਵਾਲਾ ਮੁੰਡਾ ਨਹੀਂ ਸੰਦੀਪ ਸਿੰਘ ਤੇ ਮੈਂ ਤੁਹਾਨੂੰ ਪੜਾ ਰਿਹਾ ਹਾਂ। ਉਹੀ ਹੈ ਪੱਕਾ, 70% ਨਾ ਨਕਲ ਮਾਰ ਕੇ ਲਿਖਤੇ ਹੋਣੇ। ਸਹੀ ਗੱਲ ਹੈ। ਤੈਨੂੰ ਕਿਹਾ ਸੀ ਕਾਰ 'ਚ ਚੱਲਦੇ ਆ। ਓਹੋ ਪ੍ਰੀਤੀ ਜੀ, ਜ਼ਿੰਦਗੀ ਦੇ ਵਿੱਚ ਨਾ ਥੋੜਾ ਥ੍ਰਿਲ ਹੋਣਾ ਚਾਹੀਦਾ ਹੈ। ਲੈ, ਬਾਈਕ ਚਲਾਉਣ 'ਚ ਕਿਹੜਾ ਥ੍ਰਿਲ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਹਾਂ, ਬਾਈਕ ਚਲਾਉਣ 'ਚ ਤਾਂ ਕੋਈ ਥ੍ਰਿਲ ਨਹੀਂ ਹੁੰਦਾ, ਪਰ ਬੁਲਟ ਚਲਾਉਣ 'ਚ ਨਾ ਬਹੁਤ ਥ੍ਰਿਲ ਹੁੰਦਾ। ਜਾ ਚਲਾ ਜਾ, ਬਣ ਜਾ ਹੀਰੋ, ਜਾ ਜਾ ਕੇ ਤੇ ਲੱਕੜ ਦਾ ਗਿੱਟਾ ਨਾ ਪਾਉਣਾ ਪੈ ਜੇ ਉਹਦੇ, ਮਾਰ ਦੇ ਕਿੱਕ। ਓਏ, ਐ ਕਿਵੇਂ ਵਗ ਜਾ? ਜੇ ਪਿਆਰ ਨਾ ਬਲੋ ਤਾਂ ਜਾਵਾਂਗੇ। ਓਹੋ, ਲੈ ਫੜ ਲੋ ਪੂਛ, ਆ ਬੁਲਾ ਲਿਆ ਰੋੜੀ ਕੁੱਟਣਾ ਜਾ ਭਰਾ ਉਹਨੇ ਆਪਦਾ। ਓਏ ਕਿਉਂ ਬੋਝ ਪਾ ਲਿਆ? ਜਾਣਦਾ ਇਹਨੂੰ ਪਕਾਨੇ ਜੀ ਨੂੰ ਮੈਂ, ਬੂਟਾ ਦੇ ਫੀਤੇ ਬੰਨਣ ਲੱਗੇ ਤੇ ਸਾਹ ਚੜ ਜਾਂਦਾ, ਇਹਨੇ ਕੀ ਕਿੱਕ ਸਵਾਹ ਮਾਰਨੀ ਆ। ਉਹ ਨਾਲੇ ਜੱਟਾ, ਇਹ ਕੰਮ ਤਾਂ ਤੇਰਾ ਯਾਰ ਜਗਤਾ ਹੀ ਕਰੂ। ਆਹ
ਗੱਲ ਤਾਂ ਤੁਹਾਡੀ ਠੀਕ ਹੈ ਜਿੰਦਰ ਸਾਹਿਬ, ਪਰ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਕਹਿੰਦਾ ਹੈ ਕਿ ਇਲੈਕਸ਼ਨ ਤਿੰਨ ਤਰੀਕੇ ਨਾਲ ਜਿੱਤੀ ਜਾਂਦੀ ਹੈ ਜੀ, ਪਿਆਰ ਨਾਲ, ਪੈਸੇ ਨਾਲ ਤੇ। ਦੇਖੋ ਬਈ, ਪਿਆਰ ਤੇ ਪੈਸੇ ਵਾਲਾ ਕੰਮ ਤੁਸੀਂ ਸਾਂਭੋ, ਚਿੱਤਰਾਂ ਵਾਲੀ ਸੇਵਾ ਮੇਰੀ ਲਾ ਦਿਓ। ਧੂਲ ਕੋਟੀਏ ਦੀ ਇਲੈਕਸ਼ਨ ਕੈਂਪੇਨ ਇਸ ਵਾਰ ਜਨੇਜਾ ਹੈਂਡਲ ਕਰ ਰਿਹਾ ਹੈ। ਉਹ ਤਾਂ ਫਿਰ ਕੀ ਹੋ ਗਿਆ, ਜਨੇਜੇ ਵਰਗੇ ਵੀ ਤੁਰੇ ਫਿਰਦੇ ਆ, ਤੁਹਾਨੂੰ ਕੀ ਹੋਇਆ? ਕਿਉਂ ਭਰਜਾਈ, ਲੈ ਇਹਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ? ਹੈ ਜਿਆਦਾ ਹੀ ਗਿਆ ਤਾਂ ਪਿਛਲੀ ਵਾਰ ਨਾਲੋਂ ਜਿਆਦਾ ਮਿਹਨਤ ਕਰ ਲਾਂਗੇ। ਤੇਰੇ ਨਾਲ ਤਾਂ ਭਰਜਾਈ ਤਗੜੀ ਹੈ, ਤਾਂ ਤਾਂ ਇਹਦੀ ਗੱਲ ਮੰਨ ਕੇ ਚੱਲਦਾ। ਜਿੰਦਲ ਸਾਹਿਬ, ਤਾਕਤ ਤੇ ਕੁਰਸੀ ਦਾ ਨਸ਼ਾ ਭੀਮ ਵਰਗਾ ਹੁੰਦਾ, ਇੱਕ ਵਾਰੀ ਲੱਗ ਜਾਵੇ ਨਾ ਤੇ ਸੱਤ ਜਨਮਾਂ ਤੱਕ ਨਹੀਂ ਉਤਰਦਾ। ਸਤਿ ਸ੍ਰੀ ਅਕਾਲ ਜੀ। ਆ ਜਾਓ ਆ ਜਾਓ ਆ ਜਾਓ ਆ ਜਾਓ ਬੇਟਾ। ਜਿੰਦਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇਟਾ। ਸਤਿ ਸ੍ਰੀ ਅਕਾਲ। ਇਹ ਆਪਣੀ ਇਲੈਕਸ਼ਨ ਚ ਬਹੁਤ ਮਦਦ ਕਰਦੇ ਨੇ। ਵਾਓ ਆਂਟੀ ਜੀ, ਮੈਂ ਤੁਹਾਡੇ ਨਾਲ ਨਾ ਇਲੈਕਸ਼ਨ ਕੈਂਪੇਨ ਬਾਰੇ ਬਹੁਤ ਸਾਰੀ ਗੱਲਾਂ ਕਰਨੀਆਂ, ਲੰਬੀ ਚੌੜੀ ਲਿਸਟ ਬਣਾਈ ਹੈ। ਜਦ ਮਰਜ਼ੀ ਆਓ ਬੇਟਾ, ਤੁਸੀਂ ਬੈਠੋ, ਮੈਂ ਫਰੈਸ਼ ਹੋ ਕੇ ਆਈ। ਓਕੇ, ਇੱਕ ਮਿੰਟ ਇੱਕ ਮਿੰਟ, ਤੂੰ ਅੱਜ ਫੇਰ ਬੋਟਲ ਲੈ ਗਈ ਸੀ? ਜੇ ਡਿੱਗ ਕੇ ਲੱਤ ਬਾਂਹ ਤੜਾ ਲਈ ਤਾਂ ਘਰ ਵਾਲਾ ਵੀ ਲੰਗੜੇ ਮਿਲੂਗਾ। ਵਾਹ ਸ਼ਮਸ਼ੇਰ ਸਿੰਘ ਜੀ, ਲੱਗਦਾ ਇੱਕ ਹੋਰ ਪੋਲੀਟੀਸ਼ੀਅਨ ਤਿਆਰ ਹੋ ਗਿਆ। ਹਾਂਜੀ ਭਾਬੀ ਜੀ, ਸਿਆਸਤਦਾਨਾਂ ਦੇ ਘਰੇ ਸਿਆਸਤਦਾਨ ਹੀ ਜੰਮਦੇ ਨੇ। ਹੈਂ, ਲੈ ਫੜ ਉਹ, ਚੱਕ ਲੈ ਯਾਰ, ਆ ਪਾਣੀ ਦੇਵਾਂ। ਬਾਈ ਓਏ ਯਾਰ, ਹੁਣ ਕਾਇਨਾਤ ਨੂੰ ਰੋਜ਼ ਮਿਲਿਆ ਕਰੂੰ ਯਾਰ, ਹੁਣ ਕਿਹੜਾ ਦੇਹਰਾਦੂਨ ਹੋਸਟਲ ਜਾਣਾ ਹੁਣ ਵੀਰੇ? ਆ ਦੇਹਰਾਦੂਨ ਕਿੱਥੇ ਕੁ ਪੈਂਦਾ ਭਲਾ? ਬਠਿੰਡੇ ਬੋਚੀ ਵਾਲੇ ਚੌਂਕ ਚ ਉਤਰ ਸਰ, ਕਿਸੇ ਸਿਆਣੇ ਬੰਦੇ ਤੋਂ ਪੁੱਛ ਲਈ ਵੀ ਮੈਂ ਦੇਹਰਾਦੂਨ ਜਾਣਾ। ਬਸ ਉਹ ਜਾ ਕੇ ਆਪਦੀ ਰੋਜੀ ਰੋਟੀ ਨੂੰ ਵੇਖ। ਉਹ ਤੈਨੂੰ 20 ਵਾਰੀ ਕਿਹਾ ਵੀ ਆਪਦੀ ਰੋਜੀ ਭਾਬੀ ਦਾ ਇੱਜ਼ਤ ਨਾਲ ਨਾ ਲਿਆ ਕਰ। ਉਹ ਸੱਚੀ ਯਾਦ ਆਇਆ ਯਾਰ, ਇਹੋ ਜਿਹੇ ਵੇਲੇ ਤਾਂ ਰੋਜੀ ਆਪਦੇ ਬਾਪੂ ਨਾਲ ਹੱਟੀ ਚਾਹੀਦੀ ਹੁੰਦੀ ਹੈ। ਮੈਂ ਚੱਲਿਆ, ਧਿਆਨ ਨਾਲ ਜਾਈ, ਧਿਆਨ ਸਾਲਾ ਲੱਗਦਾ, ਕੱਲੇ ਜਾਊ ਮੈਂ ਤਾਂ। ਇਹੋ ਜਿਹੇ ਕੰਮ ਚ ਤਾਂ ਬੰਦਾ ਗੱਲਾਂ ਠੀਕ ਰਹਿੰਦਾ, ਸਾਲਾ ਐਵੇਂ ਬਕਵਾਸ ਮਾਰਦਾ ਰਹਿੰਦਾ। ਓ ਯਾਰ ਜਗਤੇ, ਓ ਤੂੰ ਪੈਗ ਲਾ, ਆ ਬਣਾ ਹੀ ਪਿਆ ਤੇਰਾ, ਆ ਫੜ ਖਿੱਚ। ਓਏ ਨਾ ਓਏ ਕਰਮਿਆ, ਓ ਲਾਲਾ ਯਾਰ, ਓ ਜਿਹਨੂੰ ਇਸ਼ਕ ਦੀ ਖਮਾਰੀ ਚੜੀ ਹੁੰਦੀ ਆ ਨਾ, ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨੀ ਪੈਂਦੀ। ਅੱਛਾ ਜੀ ਵੀਰੇ, ਜਿੱਥੇ ਤੂਫਾਨ ਜ਼ਿਆਦਾ ਆਉਂਦੇ ਹੋਣ ਨਾ, ਉੱਥੇ ਛੱਤਾਂ ਨੀਵੀਆਂ ਰੱਖਣੀਆਂ ਪੈਂਦੀਆਂ। ਕਰਮਿਆ ਹੁਣ ਤਾਂ ਆਸਾਂ ਦੇ ਮਹਿਲ ਖੜੇ ਹੋ ਗਏ, ਹੁਣ ਤਾਂ ਤੂਫਾਨ ਰੁਕੇ ਤੇ ਪਤਾ ਲੱਗੂ ਕੀ ਟਹਿ ਗਿਆ ਤੇ ਕੀ ਰਹਿ ਗਿਆ। ਤੈਨੂੰ ਪਤਾ ਅਗਲੀ ਦੇ ਸ਼ੌਂਕ ਤੇ ਖਿਆਲ ਵੱਡੇ ਨੇ, ਜੇ ਉਹਨੇ ਪਿਆਰ ਕਰਨ ਤੋਂ ਨਾ ਕਰਤੀ ਫਿਰ ਕੀ ਕਰੇਗਾ? ਇਹ ਮਨ ਪਰਚਾਵਾ ਨਹੀਂ ਹੈਗਾ, ਇਸ਼ਕ ਹੈ। ਇਹਦਾ ਸੀ ਕਿ ਦੋਵੇਂ ਪਾਸੇ ਬਰੋਬਰ ਹੁੰਦਾ, ਸਮਝੇ? ਬਾਈ ਤੂੰ ਵੱਡਾ ਆਸ਼ਕ ਤੇਰੀਆਂ, ਤੈਨੂੰ ਪਤਾ ਭਰਾਵਾ। ਕੱਚੇ ਧੋਣ ਵਾਲਾ ਸਾਬਣ ਚਾਹੀਦਾ। ਓਏ ਕੀ ਚਾਹੀਦਾ? ਉਹ ਪਜਾਮੇ ਧੋਣ ਵਾਲਾ, ਕੁੜਤੇ ਧੋਣ ਵਾਲਾ ਸਾਬਣ ਜੀ, ਸਾਬਣ ਚਾਹੀਦਾ। ਚੱਕ ਕੱਢ ਪੈਸੇ, ਪਾਣ ਲੈ ਲੋਗੇ? ਮੈਨੂੰ ਲੱਗਦਾ ਲੈਣੀ ਨੀ। ਚੱਲ ਕੋਈ ਦੁਕਾਨ ਬੰਦ ਕਰ। ਚੰਗਾ ਜੀ, ਸਤਿ ਸ੍ਰੀ ਅਕਾਲ।
ਉਹ ਆ ਗਈ ਭੁੱਖੀ ਸ਼ੇਰਨੀ, ਹੁਣ ਮਰੂ ਪੰਜਾ ਤੇਰੇ। ਦੇਖੀ ਚੱਲ ਹੁਣ ਕੀ ਹੁੰਦਾ। ਕੀ ਦੇਖ ਰਿਹਾ? ਕੁਛ ਨੀ, ਛਿੜੀ ਛਿੱਕਾ। ਮੈਂ ਦੇਖਿਆ, ਅੱਖਾਂ ਫਾੜ ਫਾੜ ਕੇ ਮੈਨੂੰ ਦੇਖ ਰਿਹਾ ਸੀ ਨਾ। ਤੁਹਾਨੂੰ ਕਿਹਨੇ ਕਿਹਾ? ਮੈਂ ਆਪਣੀ ਅੱਖਾਂ ਨਾਲ ਦੇਖਿਆ। ਇਹਦਾ ਮਤਲਬ ਇਹ ਆ ਫਿਰ ਤੁਹਾਡਾ ਧਿਆਨ ਮੇਰੇ ਚ, ਤੁਹਾਡੀ ਗੇਮ ਚ ਨਹੀਂ। ਤੁਸੀਂ ਆਪਣਾ ਚਿੜੀ ਛਿੱਕਾ ਖੇਡੋ। ਮੈਨੂੰ ਨਾ ਤੇਰੀ ਸਲਾਹ ਦੀ ਕੋਈ ਲੋੜ ਨਹੀਂ ਹੈ। ਜਿੱਥੇ ਮੇਰਾ ਦਿਲ ਕਰੇ ਮੈਂ ਦੇਖੂ। ਠੀਕ ਆ ਫਿਰ, ਜਿੱਥੇ ਮੇਰਾ ਦਿਲ ਕਰੋ ਮੈਂ ਉੱਥੇ ਦੇਖੂ, ਤੇ ਜੇ ਮੈਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਮੇਰੇ ਨਾ ਦੇਖੋ। ਮੈਂ ਕਦੋਂ ਕਿਹਾ ਕਿ ਮੈਨੂੰ ਤੂੰ ਪਸੰਦ ਨਹੀਂ? ਛਿੱਤਰ ਖਾ ਕੇ ਕੱਪੜੇ ਚੜ ਕੇ ਚਲੇ ਜਾਣਾ, ਇੱਜ਼ਤ ਆਪਣੀ ਚਲੇ ਜਾਣੀ ਵੀਰੇ। ਇੱਜ਼ਤ ਨੂੰ ਤੂੰ ਤਾਂ ਕਾਲਜ ਦੇ ਵਿੱਚ ਚਾਰ ਘੋੜਾਣੇ ਰਸਤੇ ਆਉਣਾ ਨਾ, ਭੂਪਰਾਂ ਨਾਲ ਖੁੱਲਦਾ ਤੇਰਾ ਤਾਂ ਦਰਵਾਜ਼ਾ। ਚੁੱਪ ਕਰ ਯਾਰ, ਮੈਨੂੰ ਸਾਲੀ ਇਹ ਸਮਝ ਨੀ ਲੱਗਦੀ ਮੈਨੂੰ ਕਿਹੜੇ ਗੇੜ ਪਾ ਗਈ ਯਾਰ। ਕੇਸਰ ਵੀ ਭੇਜਿਆ ਚਿੱਠੀ ਨਾਲ। ਇਹ ਤਾਂ ਨੌ ਹੈ। ਡਮਰੂ ਮਿਲ ਗਿਆ ਚਿੱਠੀਆਂ। ਅਜਕ ਤੇ ਹੱਸਣਾ ਯਾਰ, ਇਹ ਰੋਜੀ ਨੇ ਨਾ ਨੌ ਭੇਜੇ ਆ। ਬਿਨਾਂ ਨੌ ਨਾਲ ਡਮਰੂ ਲਹੂ ਕੱਢੇ, ਫਿਰ ਉਸੇ ਲਹੂ ਨਾਲ ਇਸੇ ਕਾਗਜ਼ ਤੇ ਆਪਣਾ ਪਿਆਰ ਲਿਖ ਕੇ ਭੇਜੇ। ਉਹ ਨਾਲੇ ਸਾਲੇ ਇੱਕ ਗੱਲ ਯਾਦ ਰੱਖੀ, ਜਾਂਦਾ ਗੁਣ ਕਿਸੇ ਮੁਰਗੇ ਬੱਕਰੇ ਦਾ ਲੈ ਜੀ, ਜਿੰਨੀ ਤੂੰ ਦਾਰੂ ਸੜੁਕਦਾ ਨਾ, ਨਹੀਂ ਤਾਂ ਸਾਲੇ ਸਾਰੀ ਚਿੱਠੀ ਚ ਵਾੜ ਮਾਰੂ। ਮੇਰੀ ਗੱਲ ਸੁਣ ਡਮਰੂ, ਕੀ ਹੋ ਗਿਆ? ਉਹ ਚੱਲ ਮਾਫ ਕਰਦੇ ਯਾਰ, ਉਹ ਅਸੀਂ ਚੌੜ ਕਰਦੇ ਸੀ। ਸਾਲੇ ਮੈਂ ਵੀ ਤਾਂ ਚੌੜੀ ਕਰਦਾ, ਹੋਰ ਬੜਾ ਮੈਂ ਦਲੀਪ ਕੁਮਾਰ ਟ੍ਰੈਜਿਕ ਐਂਗਲ ਸਾਲਾ ਨਕਲ ਚੀ ਨਾ ਹੋਵੇ। ਇੱਕ ਗੱਲ ਦੱਸਾਂ ਕਿ ਜੇ ਇਹ ਨੌ ਸ਼ੋਕੀ ਲੱਲਦੇ ਹੋਏ ਨਾ, ਤਾਂ ਸਮਝੋ ਉਹਦੇ ਦਸਾਂ ਨੌ ਦੀ ਕਮਾਈ ਆਪਣੇ ਕੋਲ ਹੀ ਆ ਗਈ। ਰੋਜੀ ਤਾਂ ਨੇਰ ਸਵੇਰ ਆਪੇ ਆਜੂ। ਉਹ ਚੌੜਿਆ, ਉਹ ਨੇਰ ਸਵੇਰ ਨਹੀਂ ਹੁੰਦਾ, ਦੇਰ ਸਵੇਰ ਹੁੰਦਾ। ਆਸ਼ਕਾਂ ਦਾ ਤਾਂ ਨੇਰ ਸਵੇਰ ਹੀ ਹੁੰਦਾ। ਇੱਕ ਗੱਲ ਹੋਰ, ਚਿੱਠੀ ਨੇ ਮੇਰਾ ਚਾਹੇ ਕੰਮ ਨਹੀਂ ਕੀਤਾ, ਪਰ ਜਗ ਤੇ ਤੇਰਾ ਜ਼ਰੂਰ ਕਰੂਗੀ। ਉਹ ਕਿਵੇਂ ਯਾਰ? ਦੱਸਦਾ ਜਾ ਰਿਹਾ। ਹੁਣ ਤਾਂ ਸੁਣੀ ਝਾਟੀ ਵੀ ਲੈ ਲਈ, ਹੁਣ ਤਾਂ ਕਰੇਗਾ ਕੰਮ। ਡਮਰੂ ਮੇਰਾ ਪੂਰਾ ਨਾਮ ਲਿਆ ਕਰ, ਲਖਵਿੰਦਰ। ਪੂਰੇ ਨਾਂ ਨੂੰ ਗੁਰਦੌਰ ਲੱਗਿਆ ਤੂੰ? ਨਖਰੇ ਵੇਖਾਂ ਵੱਡੇ ਲਾਵ ਗੁਰੂ ਦੇ। ਓਏ ਆ ਮੇਰਾ ਮਖਵਿੰਦਰ ਪੁੱਤਾ, ਕਰੇਗਾ ਨਾ ਪੁੱਤ ਮੇਰਾ ਕੰਮ? ਕਰੂਗਾ ਕਰੂਗਾ, ਹਨਾ ਵੀਰੇ? ਤੂੰ ਤਾਂ ਹੀ ਕਹਿ, ਲੇਕਿਨ ਆ ਦੋਨੋਂ ਬੰਦੇ ਮੈਨੂੰ ਪਸੰਦ ਨਹੀਂ ਹੈ। ਉੱਪਰ ਉੱਪਰ ਡਮਰੂ, ਹੋਰ ਉੱਪਰ ਉੱਪਰ, ਹੁਣ ਚਾਲੀ ਚੜ ਜੀਏ। ਤਨ ਵੀ ਪਕੜੋ। ਕਿਵੇਂ ਪਕੜਾਂ ਤਨ? ਕੰਨਾਂ ਤੇ ਢਿੱਡ ਦੇ ਵਿਚਾਲੇ ਢਿੱਡ ਵੀ ਆਉਂਦਾ। ਉਹ ਜਗਤੇ ਨੂੰ ਛੇਤੀ ਮਨਾ ਫੁੱਫੜ ਨੂੰ। ਉਹ ਮੇਰਾ ਤਾਂ ਮਨ ਗਿਆ ਮੇਰਾ ਮਖਵਿੰਦਰ ਪੁੱਤ। ਚਲ ਮੰਨ ਜਾ, ਚਲ ਮੰਨ ਜਾ ਮੇਰਾ ਬੁੱਗਾ। ਉਹ ਮੰਨ ਜਾ ਯਾਰ। ਅੱਛਾ ਠੀਕ ਹੈ, ਉਹ ਮੰਨ ਗਿਆ। ਸੁਣ ਓਏ, ਸ਼ੁਕਰ ਹੈ ਓਏ। ਤੇ ਅੱਜ ਫ੍ਰੀ ਹੈ ਨਾ ਤੂੰ? ਹਾਂ ਹਾਂ, ਸ਼ਾਪਿੰਗ ਕਰਨੀ ਹੈ ਬਹੁਤ ਸਾਰੀ। ਹਾਂ ਹਾਂ, ਪੱਕਾ ਪੱਕਾ। ਓਏ ਓ ਛੋਟੂ, ਦੀਦੀ ਆ ਚਿੱਠੀ ਤੁਹਾਡੇ ਲਈ ਹੈ। ਮੇਰੇ ਲਈ ਜਾਂ ਇਹਦੇ ਲਈ? ਆਪਣੇ ਵੀਰੇ ਨੇ ਪੁੱਛ ਕਿ ਆ ਚਿੱਠੀ ਮੈਨੂੰ ਕੀ ਦੇਣੀ ਆ। ਦੀਦੀ ਕਹਿੰਦੀ ਹੈ ਕਿ ਆ ਚਿੱਠੀ ਮੈਨੂੰ ਕਿਉਂ ਦੇਣੀ ਹੈ।
ਬਾਬਾ ਸੁਣੀ ਦਾਸ ਜੀ ਆਹ ਪ੍ਰਸ਼ਾਦ ਕਿੱਥੇ ਚੜਾਉਣਾ ਜੀ ਭਗਤਾਂ ਨੂੰ ਆਂਦੋ ਲਓ ਵੀ ਭਗਤ ਬਾਬੇ ਦੇ ਬਚਨ ਹੋਗੇ ਜੱਪ ਵੀ ਨੇ ਤੇ ਪਿਆਸੀ ਆ ਦਿੱਤੀ ਤਾਂ ਭੇਜਿਆ ਚੁੱਤੀ ਉਹ ਤੁਹਾਨੂੰ ਪਸੰਦ ਕਰਦਾ ਹੈ ਅੱਛਾ ਜੀ ਆਪਣੇ ਜੱਗ ਵੀਰੇ ਨੂੰ ਪੁੱਛ ਕੇ ਮੈਨੂੰ ਹੀ ਕਿ ਪਸੰਦ ਕਰਦਾ ਹੈ ਲੈਕੋ ਕਾਚੇ ਨੂੰ ਵੀ ਦੇ ਦਿੱਤੇ ਨੇ ਸੜੀ ਇਹ ਕਹੇ ਜਿਹਾ ਸਵਾਲ ਹੋਇਆ ਹੁਣ ਪਸੰਦ ਤਾਂ ਲੋਕ ਯੋਜੋ ਨਛੱਤਰ ਸਿੰਘ ਨੂੰ ਵੀ ਕਰੀ ਜਾਂਦੇ ਨੇ ਨੀ ਤੇਰੇ ਕਰਕੇ ਬਸ ਬੰਦ ਕਰ ਯਾਰ ਉਹ ਯਾਰ ਚਲਮਾਂ ਜੀ ਵੀ ਖਾ ਲੈਣੀਆਂ ਸੀ ਹੁਣ ਇਹ ਕਿਹੜਾ ਸੀ ਕਬਾੜੀਆਂ ਨੂੰ ਵੇਚਣ ਜਾਈਏ ਚੁਣ ਲਿਆ ਰਸੀਦੀ ਟੇਟੀ ਜਿਹੜਾ ਤਾਂ ਇਹ ਆਪ ਹੈ ਤੇਰੀ ਚਿੱਠੀ ਕਿੱਥੋਂ ਲੈ ਜੂ ਚੁੱਪ ਯਾਰ ਓਏ ਪੁੱਤ ਮੁਖਿੰਦਰ ਪੁੱਤ ਇੱਕ ਵਾਰੀ ਮੇਰਾ ਕੰਮ ਕਰਦੇ ਪੁੱਤ ਇੱਕ ਵਾਰੀ ਮੇਰਾ ਕੰਮ ਹੋਰ ਕਰਦੇ ਪੁੱਤ ਠੀਕ ਆ ਫਿਰ ਅੱਜ ਤੱਕ ਆਹ ਜਾਂ ਪਾਰ ਰਹੂਦੀ ਗੱਲ ਤੇਰੀ ਯਾਰ ਹੀ ਰਹਿਣੀ ਹੈ ਪਾਰ ਪੂਰ ਨਹੀਂ ਲੱਗਣੀ ਹੈ ਤੋ ਉਹ ਯਾਰ ਸਿਰਾ ਲਾ ਕੇ ਆਊਗਾ ਉਹ ਤਾਂ ਮਗਰ ਹੀ ਪੈ ਗਿਆ ਆਈ ਡੋਂਟ ਨੋ ਪਹਿਲਾਂ ਸ਼ਾਪਿੰਗ ਤੇ ਚੱਲਾਂਗੇ ਫਿਰ ਪਾਰਕ ਤੇ ਚੱਲਾਂਗੇ ਪੱਕਾ ਦੀਦੀ ਚਿੱਠੀ ਫੰਨੀ ਹੈ ਨਹੀਂ ਫੰਨੀ ਨਾ ਨਹੀਂ ਫਰਨੀ ਨਾ ਤਾਂ ਆ ਜੀ ਸਿੱਟ ਗਿਆ ਕੀ ਚੱਲ ਚਿੱਠੀ ਦਾ ਜਵਾਬ ਨਾ ਸਹੀ ਘੱਟੋ ਘੱਟ ਤੈਨੂੰ ਉਹੀ ਜਵਾਬ ਦੇ ਜਾਂਦੀ ਸ਼ਬ ਸ਼ਬ ਬੋਲਿਆ ਕਰ ਯਾਰ ਮੁਰਦਾ ਬੋਲੂ ਕੱਫਣ ਹੀ ਪਾੜੂ ਲਜਕਤਿਆ ਲੱਭ ਗਈ ਚਿੱਠੀ ਲਿਖਣ ਦੇ 100 ਤਰੀਕੇ ਚਿੱਠੀਆਂ ਕਹਿੰਦੇ ਪੱਥਰ ਯੁੱਗ ਤੋਂ ਸ਼ੁਰੂ ਹੋ ਗਈਆਂ ਸੀ ਸੁਣਨ ਚ ਆਇਆ ਵੀ ਲੋਕ ਕਬੂਤਰਾਂ ਦੇ ਗਲਾਂ ਚ ਚਿੱਠੀਆਂ ਪਾ ਦਿੰਦੇ ਸੀ ਤੇ ਇਸ ਗੱਲ ਦਾ ਕਬੂਤਰ ਨੂੰ ਵੀ ਪਤਾ ਹੁੰਦਾ ਸੀ ਵੀ ਚਿੱਠੀ ਦਾ ਜਵਾਬ ਦੇਣਾ ਲੈ ਅੱਜ ਕੱਲ ਕਈ ਇਨਸਾਨਾਂ ਨੂੰ ਨੀ ਪਤਾ ਵੀ ਚਿੱਠੀ ਦਾ ਜਵਾਬ ਵੀ ਦੇਈਦਾ ਹੁੰਦਾ ਯਾਰ ਆ ਕੁੜੀਆਂ ਨੂੰ ਵੀ ਸਮਝਣ ਵਾਲੀ ਕੋਈ ਕਿਤਾਬ ਹੈਗੀ ਆ ਸ਼ਮਸ਼ੇਰ ਸਿੰਘ ਦੀ ਧੀ ਆਬਰ ਬੇਬੇ ਤੂੰ ਕਿਉਂ ਜੋ ਟਕਾਉਣੇ ਕੁੜੇ ਤੂੰ ਟਰੈਕਟਰ ਚਲਾ ਲੈਂਦੀ ਆ ਟਰੈਕਟਰ ਆਂਟੀ ਜੀ ਮੈਂ ਤਾਂ ਬੁਲਟ ਵੀ ਚਲਾ ਲੈਂਦੀ ਆ ਹੋਰ ਕੀ ਉਹ ਕੀ ਹੈ ਨਾ ਟਰੈਕਟਰ ਨਾ ਫਾਰਮ ਹਾਊਸ ਤੇ ਖੜਾ ਕਰਨਾ ਸੀਗਾ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਨੌਕਰ ਨੂੰ ਨਾ ਭੇਜੋ ਮੈਂ ਹੀ ਚਲੇ ਜਾਵਾਂਗੀ ਇਸੇ ਬਹਾਨੇ ਗੇੜਾ ਛੇੜਾ ਵੀ ਲੱਗ ਜਾਊ ਚੱਲ ਚੰਗਾ ਕੀਤਾ ਬਸ ਹਾਂਜੀ ਆਂਟੀ ਜੀ ਆਂਟੀ ਜੀ ਪਾਣੀ ਮਿਲੂ ਪੀਣ ਲਈ ਹਾਂ ਹਾਂ ਜਵਨ ਪਾਣੀ ਲਿਆ ਪੁੱਤ ਕੁੜੀ ਲਈ ਆਇਆ ਜੀ ਵੀਰੇ ਫਿਰ ਪਾਣੀ ਦੇ ਦਾਂ ਕਿ ਡੋਲੂ ਚ ਪਾ ਦਾਂ ਖੇਤ ਜਾਣਾ ਤਾਂ ਹੈਗਾ ਤੂੰ ਵੀ ਇਕੱਠੇ ਹੀ ਪੀ ਲਿਓ ਤੂੰ ਹੜਦਾ ਰਹੀ ਕੁੜੇ ਤੂੰ ਟਰੈਕਟਰ ਤੇ ਬੈਠੀ ਰਹਿਣਾ ਪਹਿਲੀ ਵਾਰੀ ਸਾਡੇ ਘਰ ਆਈ ਆ ਧੀਏ ਚਾਹ ਤਾਂ ਪੀ ਕੇ ਜਾ ਨਹੀਂ ਆਂਟੀ ਜੀ ਉਹ ਨਾ ਥੋੜੀ ਛੇਤੀ ਹੈ ਆ ਲਓ ਜੀ ਪਾਣੀ ਪਾਣੀ ਪੀਣਾ ਚੰਗਾ ਜੀ ਫਿਰ ਚਲਦੀ ਆ ਮੈਂ ਫਾਰਮ ਹਾਊਸ ਤੇ ਅੱਜ ਤਾਂ ਨਹੀਂ ਦਿੰਦਾ ਮੈਨੂੰ ਤੁਸੀਂ ਮੈਨੂੰ ਲੱਗਦਾ
बड़ी छेती आ गए तुसी। हाँ जी बस ओ। हाँ जी वेख लो जी बस नाले किन्नी दूर पैंदा जी खेत फिर भी एक मिनट लै जी आउंडू। मैं थोड़ी कोई सिफत नहीं की थी। पूछ रही हूं इतना टाइम किवें लगया। ओ आ तां जाना सी जी बस ओ। ओ नवी नवी गल बनी है जी मुंडे दी रास्ते च भंगड़े पाउण लग गए हुण चार कलोडियां तां बण गईआं। आ तां जाना सी जी ओ पर ओ डर लगदा सी। जिहड़ा कायना ढिल्लो नूं पसंद है ना ओनू डरन की कोई लोड़ नहीं समझिया। आज फिर बाग दिखावा आज बाग रू बड़ा गलगल दा बाग लाए ने ना मारिया कर। तू आप कला आप कला तू हाय मैगी किता की होया मैनू कहंदी अज तैनू फुलां दा बाग दिखाउणा ही दिखाउणा है। ले दस हाय झूठा मैं कदों कहा कहा ता है। हां ओ फिर की होया दिखा दे इनू फुलां वाला बाग जा चल। वैसे मैं जानता नहीं हुंदा किसे नाल बस तेरे कहे तो जा रहा हां। ओ चिट्ठी विच लिखिया सी ना कि मिलके तू मैनू कुछ कहना चाहना है। मैं कहना चाहना सी नहीं थोड़े बाग वाले सोणे है जी। ए गल तू मेरे पापा जी नू कहंदा ना ता कोई नाम भी मिलता। तुसी भाले सोने हो जी। मेनू पता। देखो जी अपने आप दा ता सब नू पता हुंदा जी। हुण साडा डमरी ले लो अद्धा कमला है ओनू भी पता जी। जगत हां जिहड़ी गल कहना चाहुंदा है ना हां मेनू ओ दस। मैं कहना चाहुंदा सी के की कहां जी मैं मेरे लिए मुश्किल है थोड़ा जा मेरे तो नहीं कहा हूँ औखा जी मेरे वास्ते। I love you। हाँ जी जगत आने? एक कुड़ी ना इन्हें ही कह सकती है। देखो जी नहीं जी बाला बाला औखा जी मेरे वास्ते मैं तो नहीं कह हूँ सच्ची। अखियां बिच वसदे सजना सजना तेरे मैं दिल विच रहना हलड़ दी जान लटकदी हल कोई करना है पैना तेरे थोड़े और रादे डाली ना गली वे तेरे नल जीना सजना मरता जाऊं कली वे
ਛੱਟੋ ਬੱਲੀ ਬਾਈ ਯਾਰ ਤੂੰ ਭਾਬੀ ਨੂੰ ਬੁਲਾ ਕਿਉਂ ਨੀ ਲੈਂਦਾ ਇੰਨੇ ਦਿਨ ਹੋ ਗਏ ਗੇੜੇ ਮਾਰਦਿਆਂ ਨੂੰ ਉਹ ਬੁਲਾਉਣ ਨੂੰ ਤਾਂ ਅੱਜ ਬੁਲਾ ਲਾਂ ਪਰ ਜਿਹੜੀ ਆ ਇੱਕ ਪਾਸੇ ਵਾਲੀ ਆਸ਼ਕੀ ਆ ਨਾ ਟਵਾਣੇ ਇਹਦਾ ਨਸ਼ਾ ਹੀ ਹੋਰ ਹੈ ਨਾਲੇ ਟਵਾਣੇ ਤੇਰੀ ਰੇਂਜ ਤੋਂ ਬਾਹਰ ਆ ਗੱਲਾਂ ਹੈ ਪੁੱਤ ਨਜ਼ਾਰਾ ਲਿਆਤਾ ਵੀ ਭਰਜਾਈ ਨੇ ਓਏ ਹੋਏ ਉਹ ਕੀ ਹੋ ਰਿਹਾ ਬਈ ਇੱਥੇ ਸਾਡਾ ਨਿੱਜੀ ਮਾਮਲਾ ਨਿਕਲੋ ਮਾਸਟਰ ਮੈਂ ਤੈਨੂੰ ਪੁੱਛਦਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਬੱਲੀ ਨਾਂ ਆ ਮੇਰਾ ਬੱਲੀ ਢਿੱਲੋਂ ਅੱਗੇ ਤੋਂ ਬਾਹ ਨਾ ਫੜੀ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਵੀਰੇ ਉਹ ਸਾਡੇ ਸਰ ਨੇ ਸਰ ਹੋ ਤੇਰਾ ਉਹਨਾਂ ਦੀ ਉਮਰ ਦਾ ਤਾਂ ਲਿਹਾਜ਼ ਕਰਦਾ ਕੀ ਗੱਲ ਬੜੀ ਸਾਈਡ ਲਈ ਜਾ ਰਹੀ ਹੈ ਪਾਪਾ ਜੀ ਪਾਪਾ ਜੀ ਸਮਝਾਓ ਵੀਰੇ ਨੂੰ ਬਾਪੂ ਜੀ ਹੁਣ ਮੇਰੇ ਏਰੀਏ ਚ ਆ ਕੇ ਕਿਸੇ ਨੂੰ ਮੇਰਾ ਨਾਂ ਹੀ ਨਹੀਂ ਪਤਾ ਤੇ ਕੰਮ ਤਾਂ ਲਾਫੜਿਆਂ ਵਾਲੇ ਆ ਸਿੱਧਾ ਥੱਪੜੀ ਜੜਤਾ ਓਏ ਆ ਤਾਂ ਸਾਰੀਆਂ ਦਾਦੇ ਤੇ ਗਈਆਂ ਮਾੜਾ ਮੋਟਾ ਮੇਰਾ ਵੀ ਖਿਆਲ ਕਰ ਲਿਆ ਕਰ ਹਾਂਜੀ ਠੀਕ ਹੈ ਨਾ ਸਹੀ ਹੈ ਜੀ ਸਤਿ ਸ੍ਰੀ ਅਕਾਲ ਐਮ ਐਲ ਏ ਸਾਹਿਬ ਸਤਿ ਸ੍ਰੀ ਅਕਾਲ ਬੈਠੋ 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 ਦੱਸੋ ਹਾਂਜੀ ਸਰ ਇਹ ਪ੍ਰੋਫੈਸਰ ਸੰਦੀਪ ਸਿੰਘ ਹੈ ਜੀ ਕਾਲਜ ਵਿੱਚ ਜਿਨ੍ਹਾਂ ਨਾਲ ਕੱਲ੍ਹ ਕਾਲਜ ਵਿੱਚ ਕਾਕਾ ਜੀ ਦੀ ਗੱਲ ਹੋਈ ਸਰ ਮੁਆਫ਼ੀ ਮੰਗਣਾ ਚਾਹੁੰਦੇ ਸਰ ਸੰਦੀਪ ਸੋਰੀ ਜੀ ਹੈਂ ਸੁਣਿਆ ਨਹੀਂ ਥੋੜ੍ਹਾ ਉੱਚਾ ਅਤੇ ਇੱਜ਼ਤ ਨਾਲ ਸੋਰੀ ਕਾਕਾ ਜੀ ਵੈਸੇ ਕੀ ਪੜ੍ਹਾਉਂਦੇ ਹੋ ਤੁਸੀਂ ਹਿਸਟਰੀ ਪੜ੍ਹਾਉਂਦਾ ਜੀ ਹਿਸਟਰੀ 'ਚ ਤਾਂ ਇਕੱਲੀ ਇਕੱਲੀ ਗੱਲ ਡਿਟੇਲ 'ਚ ਦੱਸੀ ਜਾਂਦੀ ਹੈ ਥੋੜ੍ਹਾ ਵਿਸਥਾਰ 'ਚ ਦੱਸੋ ਮਾਸਟਰ ਜੀ ਮੈਂ ਜੀ ਮੈਂ ਆਪਣੀ ਕੱਲ੍ਹ ਵਾਲੀ ਗੱਲ ਲਈ ਸ਼ਰਮਿੰਦਾ ਹਾਂ ਜੀ ਮੈਨੂੰ ਮਾਫ਼ ਕਰ ਦਿਓ ਵਾਹ ਮਾਫ਼ੀ ਮੰਗਣ ਵਾਲਾ ਬੰਦਾ ਬਹੁਤ ਵੱਡਾ ਹੁੰਦਾ ਕਿਆ ਬਾਤ ਹੈ ਬੇਟਾ ਹੱਥ ਮਿਲਾ ਬਈ ਥੈਂਕ ਯੂ ਕਾਕਾ ਜੀ ਥੈਂਕ ਯੂ ਸਰ ਥੈਂਕ ਯੂ ਜੀ ਅਸੀਂ ਚੱਲਦੇ ਹਾਂ ਸਰ ਪ੍ਰਿੰਸੀਪਲ ਸਾਹਿਬ ਇੱਕ ਗੱਲ ਹੋਰ ਜੀ ਸਰ ਕੱਲ੍ਹ ਮੇਰੇ ਸਪੂਤ ਦਾ ਜਨਮ ਦਿਨ ਹੈ ਸਾਰਿਆਂ ਨੇ ਆਉਣਾ ਜ਼ਰੂਰ ਆਵਾਂਗੇ ਸਰ ਗੁੱਡ ਥੈਂਕ ਯੂ ਜੀ ਥੈਂਕ ਯੂ ਕਾਕਾ ਜੀ ਥੈਂਕ ਯੂ ਸਰ ਜਦ ਤੱਕ ਸਹੀ ਜਵਾਬ ਨਹੀਂ ਨਾ ਦਿੰਦਾ ਉਨੀ ਦੇਰ ਤੱਕ ਲੱਗਿਆ ਰਹੀ ਸਮਝ ਗਿਆ ਹਾਂਜੀ ਓ ਯਾਰ ਪੰਜ ਦਿਨ ਚਾਰ ਰਾਤਾਂ ਹੋ ਗਈਆਂ ਯਾਰ ਮਿਲਿਆਂ ਨੂੰ ਕਿਉਂ ਰੋਜ਼ ਤਾਂ ਮਿਲਦੇ ਆ ਕਾਲਜ ਉਹ ਵੀ ਕੋਈ ਮਿਲਣਾ ਜੀ ਕੋਲ ਦੀ ਲੰਘ ਜਾਂਦੇ ਹੋ ਫਿਰ ਕਿਵੇਂ ਮਿਲਣਾ ਅੱਖਾਂ ਚ ਅੱਖਾਂ ਪਾ ਕੇ ਬੈਠਣਾ ਸਮਝਿਆ ਕਰੋ ਕੀ ਸਮਝਿਆ ਕਰਾਂ ਉਹ ਨਾਲੇ ਮੈਂ ਉਹ ਪਾਰੀ ਵਾਲੀ ਅਰਜੀ ਲਈ ਸੀ ਉਹਦਾ ਵੀ ਦੱਸ ਦਿੰਦੇ ਕੀ ਬਣਿਆ ਅੱਛਾ ਜੀ ਹਾਂ ਕਿੱਥੇ ਆਈ ਲਵ ਯੂ ਕਹਿਣ ਲੱਗੇ ਹੱਥ ਪੈਰ ਠੰਡੇ ਹੋ ਰਹੇ ਸੀ
ਹੁਣ ਕਿੱਥੇ ਪਾਰੀਆਂ ਮੰਗੀਆਂ ਜਾ ਰਹੀਆਂ ਨੇ। ਆ ਹੌਸਲੇ ਕੁਝ ਜ਼ਿਆਦਾ ਨਹੀਂ ਵੱਧ ਗਏ? ਉਹ ਪਿਆਰ ਚ ਨਾ ਜੀ ਬਾਹਲੀ ਸ਼ਕਤੀ ਹੁੰਦੀ ਹੈ ਜੀ, ਨਾਲੇ ਬੰਦੇ ਨੂੰ ਮੱਲੋ ਮੱਲੀ ਦਲੇਰ ਕਰ ਦਿੰਦੀ ਹੈ ਜੀ। ਮੇਰੇ ਕੋਲੋਂ ਤਾਂ ਹਜੇ ਦੋ ਤਿੰਨ ਦਿਨ ਆਇਆ ਨਹੀਂ ਜਾਣਾ। ਉਸ ਤੋਂ ਬਾਅਦ ਤੇਰੀ ਪਾਰੀ ਵਾਲੀ ਅਰਜ਼ੀ ਬਾਰੇ ਸੋਚਿਆ ਜਾ ਸਕਦਾ। ਉਹ ਅੱਛਾ ਜੀ, ਪਰ ਦੋ ਤਿੰਨ ਦਿਨ ਬਾਲਾ ਲੇਟ ਨਹੀਂ ਹੋ ਜੀ? ਇੱਕ ਰਾਹ ਹੈ, ਕੱਲ ਬੱਲੀ ਵੀਰੇ ਦੀ ਬਰਥਡੇ ਪਾਰਟੀ ਹੈ, ਆ ਜਾ ਘਰੇ, ਲੈ ਜਾ ਪਾਰੀ। ਕੀ ਹੋਇਆ, ਕਿੱਥੇ ਗਈ ਪਿਆਰ ਵਾਲੀ ਸ਼ਕਤੀ? ਹੈਲੋ, ਨਹੀਂ ਨਹੀਂ ਕੋਈ ਨੀ ਜੀ, ਆਪਣਾ ਹੀ ਘਰ ਹੈ, ਆ ਜਾਂਗੇ ਨਾਲੇ, ਦੇਖਿਓ ਕਿਤੇ ਮੁੱਕਰ ਨਾ ਜਾਇਓ। ਉਹ ਨਹੀਂ ਹੋਏ, ਕਾਇਨਾਤ ਢਿੱਲੋ ਜੋ ਕਹਿੰਦੀ ਹੈ ਉਹੀ ਕਰਦੀ ਹੈ। ਕਾਇਨਾਤ! ਓਹੋ ਹਾਂਜੀ ਬੇਟਾ, ਕਿਹਦੇ ਨਾਲ ਗੱਲਾਂ ਤੇ ਲੱਗੀ ਹੈ? ਮੰਮਾ ਉਹ ਪ੍ਰੀਤੀ ਹੈ। ਅੱਛਾ ਪ੍ਰੀਤੀ ਹੈ, ਲੈ ਮੇਰੀ ਗੱਲ ਕਰਾ, ਕਿੰਨੇ ਦਿਨ ਹੋ ਗਏ ਆਈ ਨੀ। ਹੈਲੋ ਹੈਲੋ ਪ੍ਰੀਤੀ ਬੇਟਾ, ਤੂੰ ਆਈ? ਹੈਲੋ ਹੈਲੋ, ਫੋਨ ਹੀ ਕੱਟਤਾ, ਨੈਟਵਰਕ ਪ੍ਰੋਬਲਮ। ਚੰਗਾ ਚੰਗਾ, ਤੂੰ ਛੇਤੀ ਦੇ ਥੱਲੇ ਆ, ਸਾਰੇ ਵੇਟ ਕਰ ਰਹੇ ਨੇ ਤੇਰੀ ਖਾਣੇ ਤੇ, ਆ ਜਾ ਮੇਰਾ ਪੁੱਤ, ਆ ਜਾ ਹੁਣ। ਹਾਂਜੀ ਮੰਮਾ। ਆ ਕੀ ਹੈ ਯਾਰ, ਤੂੰ ਸੱਚੀ ਮੈਨੂੰ ਮਰਵਾ ਦੇਣਾ ਕਿਸੇ ਨੂੰ। ਸੌਰੀ। ਪਾਰਟੀ ਤੇ ਜਾਣਾ, ਉਹ ਵੀ MLA ਸ਼ਮਸ਼ੇਰ ਸਿੰਘ ਦੇ ਘਰ। ਹਾਂ ਨਾਲੇ ਤਾਂ ਪਾਰੀ ਪੂਰੀ ਵਾਲਾ ਕੰਮ ਜਾਓ ਜੂ। ਚੱਲ ਫਿਰ ਐ ਕਰਦੇ ਮੇਰੇ, ਮੈਂ ਕਣਕ ਨੂੰ ਸਪਰੇਅ ਕਰਨੀ ਬੰਦ ਕਰ ਦੇਣਾ ਤੇ ਆਪ ਘੁੱਟ ਪੀ ਲੈਣਾ, ਇੱਥੇ ਮਰਨਾ ਸੌਖਾ। ਗੱਲ ਇਹਦੀ ਵੀ ਸਹੀ ਹੈ। ਕੀ ਸਹੀ ਹੈ ਯਾਰ, ਐਵੇਂ ਡਰੀ ਜਾਂਦੇ ਹੋ, ਆਪਾਂ ਸ਼ਾਮ ਨੂੰ ਉੱਥੇ ਜਾਣਾ, ਮੈਂ ਕਾਇਨਾਤ ਨੂੰ ਮਿਲ ਲਊ, ਤੁਸੀਂ ਦੋ ਦੋ ਪੈਗ ਮਾਰੋ, ਰੋਟੀ ਪਾਣੀ ਛਕੋ ਤੇ ਵਾਪਸ ਆ ਜਾਵਾਂਗੇ। ਗੱਲ ਇਹਦੀ ਵੀ ਸਹੀ ਹੈ। ਪੈਰ ਛੱਡ ਗਿਆ ਦਰੋ ਦਾ ਨਾ ਸੁਣ ਕੇ, ਪੈਰ ਛੱਡ ਗਿਆ ਉਹ ਤੇਰੇ ਵਰਗੇ ਬੰਦੇ ਨੇ, ਦੋ ਦਰਾਂ ਦੀਆਂ ਬੋਤਲਾਂ ਪਿੱਛੇ ਧਰਮ ਬਦਲ ਲੈਂਦੇ ਆ। ਉਹ ਮੈਨੂੰ ਕਹੋ ਤੂੰ ਜਨੂ ਲਾ ਕੇ ਨਮਾਜ਼ ਪੜ੍ਹਦੇ ਨੂੰ ਦੇਖ ਲਿਆ ਹੈ? ਉਹ ਛੱਡ ਯਾਰ। ਚੱਲ ਛੱਡ ਫਿਰ, ਤੂੰ ਰਹਿ ਇੱਥੇ ਹੀ, ਮੈਂ ਤੇ ਡਮਰੂ ਚਲੇ ਚੱਲਦੇ ਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਡਮਰੂ ਬੱਜੇ ਕਿਹਦੇ ਹੱਕ ਚ ਹੋਣਾ। ਸਾਰੇ
ਅੱਜ ਛੱਡਤਾ ਜ਼ਹਿਰੀਲੀ ਵੇਲ ਬਣ ਕੇ ਐਸਾ ਜੂੜ ਮਾਰਨਾ ਜਿਹਨੂੰ ਨਾ ਸਾਲਾ ਰੱਖਿਆ ਜਾਣਾ ਨਾ ਸਾਲਾ ਵੱਢਿਆ ਜਾਣਾ। अपनी इज्जत ज्यादा प्यारी है। चार किले ठेके दे वाह नू की देते तुसी साड़िया जमीना दे मालक बनू फिर दे हो। नहीं नहीं काका जी ये किवें हो सकता असि ने माने ने ताने थोड़िया जमीना दे मालक किवें बन सकते हैं। बस माफ कर दो जी बस माफ कर दो सरदार साहब काका जी बख्श दो मेरे पुत्र नू माफ कर दो सरदार साहब थोड़े रखण दे ओ अपना जुल्ली बिस्तरा चक ते निकल किसे होर पिंड। नहीं नहीं काका जी जमीना तो बिना असि की करांगे असि तो भुखे मर जांगे जी मेरा टब्बर उलझ सरदार साहब माफ कर दो मेरे पुत्र नू इक बार अगे भी थोड़ा ही दिता खाने हूं भी थोड़ा दिता ही खाना है। मैं थोड़ा यकीन दवाना जी मेरा पुता इधर कदे नहीं आऊगा थोड़े सामने कदे नहीं आन दूंगा माफ कर दो सरदार साहब मेरे पुत्र की बहुत बड़ी गलती है। बख्श चौबी घंटे है तेरे कोल अपने पुत्र नु किते भेज दे नहीं तो मैं थानू सारिया नू धरती दे विच जिंदा कढ देंगा। सुन जे जा चला जा। जी सरदार साहब ਬਾਪੂ ਜੀ ਤੁਸੀਂ ਸਮਝਦੇ ਕਿਉਂ ਨੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ। ਓਏ ਕਿਹੜਾ ਪਿਆਰ ਜਗਤ ਸਿਆ ਰਿਸ਼ਤੇਦਾਰੀ ਦੁਸ਼ਮਣੀ ਹਮੇਸ਼ਾ ਬਰਾਬਰ ਦੇ ਨਾਲ ਹੁੰਦੀ ਹੈ
ਤੇ ਕਮਲਿਆ ਤੂੰ ਦੋਵੇਂ ਗਲਤ ਥਾਂ ਪਾਈ ਬੈਠਾ। ਕੈਨਾਤ ਨਾਲ ਕੱਟੇ ਦਿਨ ਕਿੱਦਾਂ ਭੁੱਲ ਸਕਦਾ, ਨਾਲੇ ਪਿਆਰ ਕਰਨਾ ਕੋਈ ਗੁਨਾਹ ਥੋੜੀ ਨਾ ਹੁੰਦਾ। ਗਰੀਬਾਂ ਲਈ ਪਿਆਰ ਕਰਨਾ ਗੁਨਾਹ ਹੀ ਹੁੰਦਾ ਆ ਪੁੱਤ। ਐਮਐਲਏ ਨੇ ਤਾਂ ਕੁੜੀ ਨੂੰ ਵਰਾ ਕੇ ਉਹਦਾ ਵਿਆਹ ਕਿਸੇ ਤਕੜੇ ਘਰ ਕਰ ਦੇਣਾ। ਕੁੜੀ ਕੋਲ ਵੀ 100 ਰਾਹ ਹੋਣੇ ਨੇ ਮਨ ਹੌਲਾ ਕਰਨ ਨੂੰ, ਤੇ ਤੂੰ ਇਹਨਾਂ ਚੌਂਕ ਦਿਨਾਂ ਦਾ ਬੋਝ ਸਾਰੀ ਜ਼ਿੰਦਗੀ ਆਪਣੇ ਮੋਢਿਆਂ ਤੇ ਚੁੱਕੀ ਫਿਰਨਾ। ਨਾ ਬੇਬੇ ਤੂੰ ਨਾ ਏਦਾਂ ਕਹਿ। ਕੱਲ ਮਾਨ ਸੇਵਕ ਜਾ ਭੂਆ ਕੋਲ। ਨਾ ਮੈਂ ਨਹੀਂ ਜਾਣਾ ਬਿਲਕੁਲ ਵੀ। ਹਾਂ ਵੇਖ, ਹਾਂ ਵੇਖ, ਮੈਂ ਤੇਰੇ ਅੱਗੇ ਹੱਥ ਜੋੜ, ਮੇਰੀ ਆਹ ਗੱਲ ਮੰਨ ਲਾ ਬੀਬਾ ਪੁੱਤ, ਫਿਰ ਬਹੁਤ ਸਾਰੀ ਜ਼ਿੰਦਗੀ ਇੱਕ ਨਾ ਮੰਨੀ। ਤੂੰ ਕੱਲ ਮਾਨਸਾ ਜਾ ਰਿਹਾ ਬਸ, ਐਮਐਲਏ ਨੇ ਜਿਹੜਾ ਸਾਨੂੰ ਕੱਲ ਮਾਰਨਾ ਹੈ ਨਾ, ਅਸੀਂ ਸਾਰਾ ਟੱਬਰ ਫਾਹਾ ਲੈ ਕੇ ਅੱਜ ਮਰ ਜਾਂਦੇ ਹਾਂ, ਫਿਰ ਤੂੰ ਕਰ ਲਈ ਮਨਾਈਆਂ। ਨਾਲੇ ਇੱਕ ਗੱਲ ਹੋਰ, ਕੱਲ ਤੋਂ ਬਾਅਦ ਤੂੰ ਪਿੰਡ ਕਦੇ ਵਾਪਸ ਨਾ ਆਵੀਂ। ਤੇਰੇ ਪਿਓ ਨੇ ਜ਼ੁਬਾਨ ਦਿੱਤੀ ਹੈ ਐਮਐਲਏ ਨੂੰ। ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ, ਪਰ ਇਸ ਵਾਰ ਉਸ ਮੁੰਡੇ ਦੀ ਜਾਨ ਜ਼ਰੂਰ ਚਲੀ ਜਾਣੀ ਹੈ। ਵੱਡੇ ਲੋਕ ਨੇ ਆਪਣਾ ਇੱਥੇ ਕੁਛ ਨੀ ਵੱਟੀ ਤਾਂ ਆਪਣਾ ਇਹਨਾਂ ਨਾਲ ਕੋਈ ਮੇਲ ਨੀ। ਕੁੜਿਆ ਸ਼ਮਸ਼ੇਰ ਜੀ, ਤੁਹਾਡੇ ਘਰ ਨਾਲ ਰਿਸ਼ਤਾ ਜੋੜਨਾ ਮੇਰੇ ਲਈ ਮਾਣ ਦੀ ਗੱਲ ਹੈ, ਪਰ ਤੁਹਾਡਾ ਸੁਨੇਹਾ ਮਿਲਣ ਤੇ ਤਾਂ ਮੈਂ ਡਰ ਹੀ ਗਿਆ ਸੀ। ਕਿਉਂ ਗੱਲ ਸਾਹਿਬ, ਮੈਂ ਬੰਦੇ ਖਾਨਾ ਜੀ। ਹੱਦ ਹੋ ਗਈ ਯਾਰ। ਪੁੱਤਰ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ? ਬੋਲੋ ਬੇਟਾ ਜੀ। ਬੀਏ ਫਸਟ ਈਅਰ। ਸ਼ਾਬਾਸ਼ ਪੁੱਤਰ, ਵਿਆਹ ਤੋਂ ਬਾਅਦ ਵੀ ਤੁਸੀਂ ਆਪਣੀ ਪੜ੍ਹਾਈ ਇੱਦਾਂ ਹੀ ਜਾਰੀ ਰੱਖਿਓ, ਸਾਡੇ ਵੱਲੋਂ ਤੁਹਾਨੂੰ ਪੂਰੀ ਸਪੋਰਟ ਹੈ। ਨਾਲੇ ਪਾਪਾ, ਅੱਜ ਤੇ ਆਪਣੇ ਛੋਟੇ ਵੀਰ ਦੀ ਪੱਗ ਦੀ ਮੈਚਿੰਗ ਵੀ 100/100 ਮੈਚਿੰਗ ਹੋਈ ਹੋਈ ਹੈ। ਕਿਉਂ ਧੀਏ, ਮੇਰਾ ਪੁੱਤ ਪਸੰਦ ਹੈ ਨਾ ਤੈਨੂੰ? ਐਕਚੁਲੀ
ਸ਼ਰਮਾਉਂਦੀ ਬਹੁਤ ਹੈ ਨਾ ਜੀ, ਪਸੰਦ ਹੈ ਪਸੰਦ ਕਿਉਂ ਨੀ, ਨਾ ਪਸੰਦ ਵਾਲੀ ਤਾਂ ਕੋਈ ਗੱਲ ਹੀ ਨੀ ਜੀ। ਲਓ ਪਸੰਦ ਨੂੰ ਕਹਾ ਪੰਡਿਤ ਤੋਂ ਆਪਾਂ ਟੇਵਾ ਕਢਾਉਣਾ, ਲਓ ਗਿਰ ਸਾਹਿਬ ਅਗਲੇ ਹਫਤੇ ਆਪਾਂ ਮੰਗਣਾ ਪੱਕਾ ਕਰੀਏ, ਤੁਹਾਡਾ ਮੂੰਹ ਮਿੱਠਾ ਕਰੀਏ, ਭੱਲੇ ਭੱਲੇ ਕਰੀਏ। ਆ ਵਧਾਈਆਂ ਸਾਰਿਆਂ ਨੂੰ, ਬਹੁਤ ਬਹੁਤ ਵਧਾਈ ਜੀ। ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ। ਤੂੰ ਜੁਗ ਜੁਗ ਜੀਵੇ ਜ਼ਿੰਦਗੀ ਤੇ ਮੈਂ ਚਾਹੁੰਦੇ ਜੀ ਮਰ ਜਾਣਾ, ਜੁਗ ਜੁਗ ਜੀਵੇ ਜ਼ਿੰਦਗੀ ਤੇ ਮੈਂ ਚਾਹੁੰਦੇ ਜੀ ਮਰ ਜਾਣਾ, ਮੈਂ ਜਿਉਂਦੇ ਜੀ ਮਰ ਜਾਣਾ। ਤੂੰ ਮੈਥੋਂ ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ। ਦਿਲ ਬੜਾ ਰੋਇਆ ਏ ਹੰਝੂਆਂ ਦੀ ਮਹਿਫਲ ਚ ਤੇਰਾ ਨਾਮ ਜਾ ਹੋਇਆ ਏ, ਮੈਂ ਆਪਣਾ ਖੋਇਆ ਏ ਮੇਰਾ ਦਿਲ ਬੜਾ ਰੋਇਆ ਏ ਹੰਝੂਆਂ ਦੀ ਮਹਿਫਲ ਚ ਤੇਰਾ ਨਾਮ ਜਾ ਹੋਇਆ ਏ। ਮੈਨੂੰ ਆਦਤ ਪਾ ਕੇ ਸੱਜਣਾ ਤੂੰ ਕਿਸੇ ਹੋਰ ਦੀ ਆਦਤ ਬਣ ਜਾਣਾ, ਹੋਰ ਦੀ ਆਦਤ ਬਣ ਜਾਣਾ। ਤੂੰ ਮੈਥੋਂ ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ। ਤੂੰ ਮੈਥੋਂ ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ। ਤੂੰ ਇੱਥੇ ਕੀ ਕਰਦਾ? ਮੈਂ ਦੋ ਚਾਰ ਦਿਨ ਦੀ ਜ਼ਿੱਲਤ ਤਾਂ ਬਰਦਾਸ਼ਤ ਕਰ ਸਕਦਾ, ਪਰ ਆਪਣੀ ਭੈਣ ਦੀ ਅੱਖਾਂ 'ਚ ਹੰਝੂ ਨਹੀਂ ਬਰਦਾਸ਼ਤ ਕਰ ਸਕਦਾ। ਕਹਿਣਾ ਕਹਿਣਾ ਤੂੰ ਤੇਰੇ ਤੋਂ ਬਿਨਾਂ ਇਹ ਦਿਨ ਕਿਵੇਂ ਕੱਟੇ ਮੈਂ ਹੀ ਜਾਣਦੀ ਹਾਂ। ਸਾਹ ਘੱਟ ਆਉਂਦੇ ਸੀ ਤੇ ਹੋ ਕੇ ਬਾਅਦ ਤੇਰੇ ਤੋਂ ਬਿਨਾਂ ਸਾਹ ਲੈਣਾ ਤਾਂ ਦੂਰ ਦੀ ਗੱਲ ਆ ਕਹਿਣਾ, ਸਾਹ ਲੈਣ ਬਾਰੇ ਸੋਚਣਾ ਵੀ ਔਖਾ ਸੀ ਮੇਰੇ ਲਈ। ਉਹ ਕਰਨਾ ਮੈਨੂੰ ਖਾਣ ਨੂੰ ਆਉਂਦਾ, ਮੈਂ ਨਹੀਂ ਰਹਿਣਾ ਉੱਥੇ। ਜਗਤੇ ਜਗਤੇ ਮੈਨੂੰ ਕਿਤੇ ਲੈ ਚੱਲ ਪਲੀਜ਼ ਪਲੀਜ਼। ਤੂੰ ਫਿਕਰ ਨਾ ਕਰ, ਮੈਂ ਹੈਗਾ ਤੇਰੇ ਨਾਲ, ਆਪਾਂ ਸਭ ਕੁਝ ਛੱਡ ਕੇ ਚਲੇ ਜਾਣਾ। ਪਰ ਤੁਸੀਂ ਜਾਓਗੇ ਕਿੱਥੇ? ਹੁਣ ਤੁਸੀਂ ਆਪਣੀ ਰਿਸ਼ਤੇਦਾਰੀ 'ਚ ਤਾਂ ਜਾ ਨਹੀਂ ਸਕਦੇ, ਮੇਰੀ ਮੰਨੋ, ਮੇਰੇ ਨਾਨਕੇ ਚੱਲਦੇ ਹਾਂ ਆਪਾਂ। ਬਾਪੂ ਜੀ ਉਹ ਕਰੇਗੀ, ਮੈਂ ਕਿਹਾ ਜੀ ਗਹਿਣੇ ਤੇ ਪੈਸੇ ਵੀ ਗਾਇਬ ਨੇ।
एसपी, जे इज्जत मेरी ना रही ते नौकरी तेरी भी नहीं रहनी, समझा? पैसे है गया? डबरू नू कच्चे ही समझता तू? आ चक 400 रुपया। मेरे को है पैसे है? वो तेरी इतना बैग भरी भर दिया पैसा का, अपने घर चाहे इन्हें दाने का भी नहीं भरना सी। गोरा रंग सी नार कुड़ी सी। आप अंदर नू देखते ध्यान नाल देख जोर नाल। पानी जट्टे अब अस कदो चलू? तू फिकर ना कर, सब कुछ ठीक हो जूगा। ओ भाई तोड़ ले बस, बहुत टाइम हो गया हुण ता। तोड़दा तोड़दा चा पांच वारी ते और बिठा ला। जट्टे तू इधर आ, तू इधर जा पत्ते, तू इधर निकल। छाड़ देंगे, उदे माँ बाप आउंगे, साइन करेंगे, तो उन्हें भी छाड़ देंगे। तुसी इन्हें गड्डी तक छाड़ जाओ, जाओ बेटा जी। ओ छोटा तो थाना है, जे असी नहीं मार सकते तुसी मार दो। ओ काका जी तुसी समझ दे नहीं। प्लीज सर ट्राई टू अंडरस्टैंड, सर मेरिया भी कुछ लिमिटेशंस ने। मैं ता पहला मर्डर केस भी बड़ा औखा हैंडल कीता सर। तुहाडी रेपुटेशन, पॉलिटिकल कैरियर, मिनिस्ट्री, सब कुछ प्रॉब्लम च आ जाना सर। बिलीव मी सर, पुलिस कोल हर चीज दा हल हैगा।
ਜ਼ਬਾਨ ਤੂੰ ਗੋਲੀ ਨਹੀਂ ਚਲਾ ਸਕਦੀ ਤੈਨੂੰ ਨਹੀਂ ਮਾਰ ਸਕਦੀ ਆਪਣੇ ਆਪਣੇ ਤੋਂ ਮਾਰ ਸਕਦੀ ਆ ਰਿਵਾਲਵਰ ਛੱਡ ਛੱਡ ਦੋ ਜਿਵੇਂ ਤੂੰ ਕਹੇਂਗੀ ਉਵੇਂ ਹੋਏਗਾ ਜਿਵੇਂ ਕਹੇਂਗੀ ਉਵੇਂ ਹੋਏਗਾ ਪਿੱਛਾ ਉਹ ਛੇਤੀ ਕੱਟੋ ਉਹਨੂੰ ਗੋਲੀ ਤੂੰ ਠੀਕ ਨਹੀਂ ਕਰ ਰਹੀ ਕਹਿਣਾ ਬਿਲਕੁਲ ਠੀਕ ਕਰ ਰਹੀ ਆ ਜੱਟੇ ਬੱਚ ਨਾਨਕੇ ਰਹੀ ਜਦੋਂ ਸਭ ਕੁਛ ਠੀਕ ਹੋ ਜੂ ਤਾਂ ਪਿੰਡ ਮੁੜ ਜੀ ਵਾਪਸ ਮੈਂ ਤਾਂ ਤੇਰੇ ਨਾਲ ਹੀ ਜਾਊਂਗਾ ਯਾਰ ਤੈਨੂੰ ਸਮਝ ਨਹੀਂ ਲੱਗਦੀ ਇੱਕ ਵਾਰੀ ਜਦ ਤੈਨੂੰ ਗੱਡੀ ਚ ਉਤਰ ਜਾ ਓਏ ਕਮਲਿਆ ਜੇ ਇਕੱਲਾ ਫੜਿਆ ਗਿਆ ਸ਼ਾਇਦ ਇਹਦੇ ਘਰ ਦੇ ਤੈਨੂੰ ਬਖਸ਼ ਵੀ ਦੇਣ ਉਹ ਜੇ ਸਾਡੇ ਨਾਲ ਫੜਿਆ ਗਿਆ ਤੈਨੂੰ ਮਾਰ ਦੇਣਗੇ ਯਾਰ ਗੱਡੀ ਚ ਉਤਰ ਮਾਰ ਦੇਣ ਯਾਰ ਮੈਂ ਤੈਨੂੰ ਇਕੱਲੇ ਨੂੰ ਨਹੀਂ ਛੱਡ ਸਕਦਾ ਕਿਉਂ ਨਹੀਂ ਸਮਝਦਾ ਯਾਰ ਤੂੰ ਮੈਂ ਤੇਰੇ ਨਾਲ ਹੀ ਜਾਊਂ ਬਾਹਰ ਨਿਕਲ ਗੱਡੀ ਚੋਂ ਨਹੀਂ ਬਾਹਰ ਨਿਕਲ ਯਾਰ ਨਹੀਂ ਡਮਰੂ ਮੈਂ ਇੱਕ ਯਾਰ ਗਵਾ ਚੁੱਕਾ ਮੈਂ ਤੈਨੂੰ ਨਹੀਂ ਗਵਾਉਣਾ ਚਾਹੁੰਦਾ ਪਿੰਡ ਮੁੜ ਜਾ ਯਾਰ
नहीं तो मैं गोली मार दूंगी। रुक जा, रुक जा। आ जाओ भी, आ जाओ भाई साहब, डलौजी आ गया, उतर आओ ना। यारे सारे अपने अलकाते देख रहे हैं। ओ तू टेंशन ना ले, तेनू कोई नहीं देख रहे, सारे तो ध्यान ना मेरे वाल है। ओ हेलो मिस इंडिया, जे तू मेनू सोहनी लगदी है ना, एदा मतलब ए नहीं हैगा तू इन्हां बुढ़िया नू भी सोहनी लगदी है। ओ तू ना सब छड़, तू ना परौंठा खा।
सर कमरा मिल सकता है? सर आईडी प्रूफ है आपके पास? आईडी प्रूफ नहीं आया। सॉरी सर, बिना आईडी प्रूफ के हम रूम नहीं देते। देख लो सर जो हो सकता है। सॉरी सर। थैंक यू। कमरा मिलिया? ये भी यही कहते कि बिना आईडी प्रूफ तो कमरा नहीं मिल सकता। इत्थे कोई होटल हैगा नेड़े? आ बिल्डिंग है, इसके पिछले पास ही होटल है। थैंक यू वीर। कोई गल नहीं। दस किथे लगोए अपने तगड़े नूं। मिलूगी मौत भी मिलू पर मिलू वो भूण दे सामने। पता तो लगे तो कसड़ा कहते कि सानू नहीं पता मुड़के घरे नहीं आया। आओ तेरा ऐसा हाल करूं वो तो बचा। डांगरी नहीं है कहना ठीक है तू? सोने के लिए तो हमारे पास भी काफी जगह है। दो दो पैक लगाएंगे, मस्ती करेंगे। क्या हुआ, हमारा ऑफर पसंद नहीं आया क्या? चलो गुस्सा, इतना गुस्सा, इतना कर पकड़ साले को। चले साले ऐसे नहीं मानेगा। क्या गन डाल रखा है? बहुत तू चल। कृपासो नाम है मेरा, हौलदार कृपासो। थाने लजा के पोली थाते ऐसे पटे मारूंगा मैं तेरे के सीधा लेटने को तरसेगा बेटा तू। चलो भाग जाओ यहाँ से के निकालू बंदूक, सारे पसली में मारूंगा कौली तेरे। चलो किने मुश्किया कतीड़ कर दे थोड़ी। सर यह जे कुत्ते अनुकी मेरी रस्सी पाई दी है मैनु चंगी तरह पता। तुसी सच्ची पुलिस वाले हो? नहीं, सुभाष चौक ते रेड़ी लांदा चाह आमलेट दी। ते फिर आ बंदूक जी। ओए चट्टा बाए, एदा हैंडल टिल्ला हो गया सीगा, रिपेयर कराउन लाया सीगा इनू। बस ना पिए ना रोना, वो बच गए हैं। हाँ सर कुछ नहीं हुआ। तेरी कमाल है जवाना, है एनी रात नू इस कुड़ी नू लेके इत्थे खड़ा है, की चक्कर है थोड़ा दसो है? अच्छा 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 समझ गया समझ गया, प्यार दा चक्कर है क्योंकि बाहर उड़ के आई है इत्थे। चलो कोई गल नहीं, कृपा सिंह दे दिल ते घर विच प्यार करन वाले वास्ते बहुत था। चलो आजो मेरे घर।
ਓਏ ਆ ਜਾਓ ਹੁਣ ਕਿ ਬਾਜਾ ਬਜਾਵਾਂ ਤੁਹਾਡੇ ਮੂਹਰੇ ਆ ਜਾਓ ਆ ਜਾਓ ਪਿਆਰ ਦੋ ਤਰ੍ਹਾਂ ਦਾ ਹੁੰਦਾ ਹੈ ਕਾਕੇ ਹਕੀਕੀ ਤੇ ਮਜਾਜੀ ਸਵਰਨ ਕੌਰ ਨਾਲ ਮੇਰਾ ਹਕੀਕੀ ਪਿਆਰ ਸੀਗਾ ਹੋਏ 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 ਬੇਸ਼ੱਕ ਹਕੀਕੀ ਪਿਆਰ ਦੇ ਵਿੱਚ ਅੜਚਣਾਂ ਬਹੁਤ ਹੁੰਦੀਆਂ ਪੈਰ ਪੈਰ ਤੇ ਠੋਕਰਾਂ ਵੀ ਹੁੰਦੀਆਂ ਉਹ ਸੰਭਲ ਕੇ ਹੁਣੇ ਤੈਨੂੰ ਦੱਸਿਆ ਸੀ ਨਾ ਕਿ ਠੋਕਰਾਂ ਬਹੁਤ ਹੁੰਦੀਆਂ ਸੰਭਲ ਕੇ ਤੁਰਨਾ ਪੈਂਦਾ ਇਹ ਆ ਗਿਆ ਆਪਣਾ ਘਰ ਆ ਜਾਓ ਵਾਹਿਗੁਰੂ 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 ਲੋ ਜੀ ਆ ਹੈ ਕਿਰਪਾ ਸਿੰਘ ਦਾ ਛੋਟਾ ਜਿਹਾ ਮਹਿਲ ਆ ਜਾਓ ਆ ਜਾਓ ਆ ਜਾਓ ਲੰਘਿਆ ਬਹਿ ਜਾਓ ਇਹ ਚੱਕ ਲਓ ਕੱਪੜੇ ਜੇ ਇੱਧਰ ਰੱਖਦਾ ਬੈਠੋ ਬਹਿ ਜਾਓ ਇੱਥੇ ਬਹਿ ਜਾਓ ਉਹ ਹਾਂ ਸੱਚ ਉਹ ਮੇਰੇ ਪਿਆਰ ਵਾਲੀ ਗੱਲ ਤਾਂ ਵਿੱਚ ਹੀ ਰਹਿ ਗਈ ਸਵਰਨੀ ਦੀ ਰਿਸ਼ਤੇਦਾਰੀ ਸੀ ਫਗਵਾੜੇ ਸਾਡੇ ਗੁਆਂਢ ਚ ਜਦੋਂ ਮੈਂ ਪਹਿਲੀ ਵਾਰ ਉਹਨੂੰ ਦੇਖਿਆ ਨਾ ਤਾਂ ਉਹ ਆਪਣੇ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਆਈ ਸੀ ਪਹਿਲੀ ਤੱਕਣੀ ਚ ਮਰ ਜਾਣੀ ਨੇ ਦਿਲ ਕੱਟ ਲਿਆ ਮੇਰਾ ਕੱਪੜਿਆਂ ਦੇ ਨਾਲ ਮੈਨੂੰ ਵੀ ਸੁੱਕਣੇ ਪਾ ਗਈ ਵੈਸੇ ਅੰਕਲ ਜੀ ਇੱਕੋ ਹੀ ਕਮਰਾ ਇੱਥੇ ਵਿੱਚ ਨਾ ਬੋਲਿਆ ਕਰ ਅੱਛਾ ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦੇ ਕੰਮ ਕਰ ਕੋਈ ਸੀ ਨੀ ਮੇਰੇ ਕੋਲ ਉਹਦੇ ਪਿਓ ਨੇ ਕਿਸੇ ਹੋਰ ਥਾਂ ਪੱਕਾ ਕਰਤਾ ਉਹਦਾ ਵਿਆਹ ਵੈਸੇ ਕੌਣ ਕੌਣ ਰਹਿੰਦਾ ਜੀ ਇੱਥੇ ਇੱਕ ਗੱਲ ਦੱਸਾਂ ਮੈਂ ਤੈਨੂੰ ਜੇ ਕੁੜੀ ਤੈਨੂੰ ਪਿਆਰ ਨਾ ਕਰਦੀ ਹੁੰਦੀ ਤਾਂ ਮੈਂ ਤੈਨੂੰ ਹੁਣੇ ਹੀ ਪੰਜਾਬ ਦੀ ਬੱਸੇ ਚੜਾ ਦੇਣਾ ਸੀ ਉਹ ਪਤੰਦਰਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਐਵੇਂ ਵਿੱਚ ਟੋਕੀ ਜਾਂਦਾ ਉਹ ਪਰ ਚੱਕਦੇ ਚੁੱਪ ਕਰ ਸਵਰਨੀ ਮੈਨੂੰ ਕਹਿੰਦੀ ਰਹੀ ਕਿ ਮੈਨੂੰ ਨਾਲ ਲੈ ਚੱਲ ਪਰ ਮੈਂ ਇਹੀ ਸੋਚ ਕੇ ਪਿੱਛੇ ਹਟ ਗਿਆ ਕਿ ਆਪਣੀ ਰੋਟੀ ਤਾਂ ਜੁੜਦੀ ਨੀ ਉਹਦਾ ਢਿੱਡ ਕਿਵੇਂ ਭਰੂੰਗਾ ਉਸ ਵੇਲੇ ਮੇਰੇ ਦਿਮਾਗ ਚ ਇਹ ਗੱਲ ਨਹੀਂ ਆਈ ਕਿ ਗੁਰੂ ਮਹਾਰਾਜ ਨੇ ਜੇ ਸੱਚਾ ਪਿਆਰ ਬਖਸ਼ੀ ਦਿੱਤਾ ਹੈ ਤਾਂ ਕੀ ਉਹ ਰੋਟੀਆਂ ਦੀ ਕਮੀ ਰੱਖੂਗਾ ਅੰਕਲ ਜੀ ਅਸੀਂ ਵੀ ਨਾ ਇੱਕ ਦੂਜੇ ਨਾਲ ਸੱਚਾ ਪਿਆਰ ਕਰਦੇ ਹਾਂ ਇਹ ਤਾਂ ਮੈਂ ਦੇਖਦੇ ਸਾਰੇ ਸਮਝ ਗਿਆ ਸੀਗਾ ਧੀਏ ਇੱਕ ਗੱਲ ਹੋਰ ਪੁੱਛਾਂ ਜੀ ਪੁੱਛ ਤੁਸੀਂ ਇਸੇ ਕਮਰੇ ਚ ਪੈਣੇ ਨਹੀਂ ਹਿਮਾਚਲ ਦੇ ਚੀਫ ਮਿਨਿਸਟਰ ਨੇ ਮੇਰੇ ਵਾਸਤੇ ਗੈਸਟ ਹਾਊਸ ਬੁੱਕ ਕੀਤਾ ਹੋਇਆ ਜੰਗਲ ਚ ਉਹ ਪਤੰਦਰਾ ਇੱਥੇ ਹੀ ਪੈਣਾ ਹੋਰ ਕਿੱਥੇ ਪੈਣਾ ਮੈਂ ਇਹ ਵੀ ਪੁੱਛਣ ਵਾਲੀ ਗੱਲ ਹੈ ਕੋਈ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੈਂ ਰੇੜੀ ਲਾਂਦਾ ਇਹ ਕਮਰਾ ਸਾਰਾ ਦਿਨ ਤੇਰੇ ਕੋਲ ਹੀ ਰਹਿਣਾ ਬੀਜਲੀ ਜਿਹੜੀ ਮੱਕੀ ਬੀਜਣੀ ਹੈ ਤੂੰ ਇੱਕ ਸਵਾਲ ਹੋਰ ਪੁੱਛਾਂ ਜੀ ਪੁੱਛ ਪਰ ਸੋਚ ਸਮਝ ਕੇ ਪੁੱਛੀ ਇਸ ਘਰ ਦੇ ਵਿੱਚ ਇਹ ਤੇਰਾ ਆਖਰੀ ਸਵਾਲ ਹੋ ਸਕਦਾ ਪੁੱਛ ਮੈਂ ਤਾਂ ਇਹੀ ਪੁੱਛਣਾ ਸੀ ਕਿ ਤੁਸੀਂ ਫਗਵਾੜਾ ਛੱਡ ਕੇ ਦਲੌਜ਼ੀ ਕਿਉਂ ਆ ਗਏ ਜਿੱਥੇ ਯਾਰ ਪਹਿਲੀ ਵਾਰ ਮਿਲਿਆ ਹੋਵੇ ਨਾ ਉਹ ਥਾਂ ਕਿਸੇ ਮੰਦਿਰ ਮਸਜਿਦ ਤੋਂ ਘੱਟ ਨਹੀਂ ਹੁੰਦੀ ਤੇ ਰੱਬ ਦੇ ਘਰ ਮੱਥਾ ਟੇਕਣ ਚਾਹੀਦਾ ਰਹਿਣ ਵਾਸਤੇ ਨਹੀਂ ਸ਼ਾਬਾਸ਼ ਜਾ ਸੋ ਜਾ ਰਾਤ ਬਹੁਤ ਹੋ ਗਈ ਹੈ ਆਲੋ ਜੀ ਓਕੇ ਠੀਕ ਹੈ ਜੀ
हेलो हेलो बेबे बेबे जगता बोलदा जगता की कीता पत तू हे संताप नालो ता अपने हत्थी साडा गल कट देंदा की होया बेबे तुसी ठीक हो चोपन किदा बापू किवें आ बापू ठीक आ ठीक ही समझ मेले दे बंदे तेरे प्यो नु कुट के गए मामा तोड़ दित्तिया होनिया ये समझ ला बस साई चल दे हुण तां मैं पिंड आ रहा बेबे तू फिकर ना कर नहीं पता तू पिंड वापस ना आवी नहीं बेबे मैं पिंड आना पिया तू मेरा मरी दा मुंह वेखे जे पिंड वापस आवे तां एमएलए दा मुंडा तो तेनू कमले वांग लभदा फिरदा नहीं पुत जिस राह ते तू तुर पिया ना हो राह वापस पिंड वाले नू नहीं आउंदे इज्जत तां चली गई है वेखी किते जान भी ना चली जावे जिस रिश्ते दी बाह फड़ी है ना पुत ओनू हिम्मत नाल निभा पिंड आउण दी गलती ना करी पता नहीं लोग इत्थे किवें रहिंदे आ बाथरूम इन्ना गंदा पानी इन्ना ठंडा हुण तां मैनूं भुख भी लग रही है जगते चाह नूं किन्ना टाइम है थैंक यू की होया जगते की होया कुछ नहीं मैं ना प्यार कर दिया तेनू तू मेरे तो कुछ नहीं लगो सकता दस मैनू की होया कुछ नहीं होया मैं ठीक हूं ते मैं काम लभन चलिया शाम तक वापस आ जाऊंगा तू अपना ख्याल रखी ठीक है ना जा तेरे बिना ना मेरा बिल्कुल भी दिल नहीं लगता एमपी साहब ये थोड़ियां सरकारां नहीं हैगियां अपना घर है ते जे मैं काम ते ना गया ते आपां रोटी कि खावांगे समझा कर जा लैण दे मैनूं नहीं ना जा क्यों नहीं समझता तू आला फोन ये अपना ख्याल रखी मैं शामी जल्दी मुड़े आऊंगा ठीक है पक्का पक्का चलदा मैं वो एने बाल बधाए हैं केश नखार दी मशहूरी चांदा तू आ लो भाई साहब थोड़ा दो अंडिया दा आमलेट आ गई बिरे चाह भी आ गई तेनू देख के तां ऐ लगदा है के आशकी तो अलावा तू जिंदगी च कीता ही कख नहीं होर करां की जी मैं
ਬਿਨਾਂ ਕੰਮ ਤੋਂ ਤਾਂ ਵੈਸੇ ਵੀ ਮੈਂ ਕਿਸੇ ਕੰਮ ਦਾ ਨਹੀਂ ਹੈਗਾ। ਨਾਲੇ ਆ ਦੁਕਾਨ ਵਾਲੇ ਸਾਰੇ ਕਹਿੰਦੇ ਕਿ ਅਸੀਂ ਕਿਸੇ ਬਾਹਰਲੇ ਨੂੰ ਕੰਮ ਨਹੀਂ ਦਿੰਦੇ। ਤੁਸੀਂ ਸਾਡੀ ਇੰਨੀ ਮਦਦ ਕੀਤੀ ਹੈ ਜੀ, ਕੋਈ ਕੰਮ ਹੀ ਦੇ ਦਿਓ ਜੀ। ਉਹ ਮੈਂ ਕੈਂਚੀ ਚੱਪਲਾਂ ਦੀ ਫੈਕਟਰੀ ਖੋਲੀ ਹੈ ਜਿਹਦਾ ਤੈਨੂੰ ਕੋਈ ਵੀ ਕੰਮ ਦੇ ਦਿਆਂ। ਉਹ ਚਾਹ ਨਹੀਂ ਆਈ ਜੀ? ਉਹ ਆ ਗਈ ਚਾਹ। ਯਾਰ ਇੱਕ ਮਿੰਟ ਰੁਕ ਵੀ ਜਾਇਆ ਕਰ, ਮੇਰੇ ਤਾਂ ਸਕੂਟਰ ਤੇ ਵੀ ਬੈਠਣ ਨੂੰ ਕੋਈ ਥਾਂ ਨਹੀਂ ਹੈ। ਸਕੂਟਰ ਤੇ ਬਹਿ ਕੇ ਮੈਂ ਕਰਨਾ ਕੀ ਹੈ ਜੀ, ਮੈਂ ਤਾਂ ਤੁਹਾਡੇ ਪਿੱਛੇ ਤੁਰ ਕੇ ਆ ਜਾ ਕਰੂੰ। ਓਏ ਇਹ ਦੁਕਾਨਦਾਰੀ ਦਾ ਕੰਮ ਹੈ, ਮੈਂ ਕੋਈ ਰਿਸਕ ਨਹੀਂ ਲੈ ਸਕਦਾ। ਇਹ ਮੈਗੀ ਆਮਲੇਟ ਤਾਂ ਮੈਂ ਆਪ ਹੀ ਬਣਾਊਂਗਾ, ਰੇੜੀ ਤੇ ਤੈਨੂੰ ਕੋਈ ਹੋਰ ਕੰਮ ਲੱਭਦਾ ਤਾਂ ਲੱਭ ਲੈ। ਆ ਫੜ ਚਾਹ, ਇੰਨਾ ਕਾਲਾ ਹੈ ਕਾਕੀ ਤੂੰ, ਲਿਆਓ ਜੀ। ਸਾਈ ਨਹੀਂ ਲੈਂਦਾ, ਠੰਡਾ ਤਾਂ ਫਿਰ ਕੀ ਹੋ ਗਿਆ। ਉਹ ਭਾਂਡੇ ਪਾਉਂਦੇ ਕਿ ਤੂੰ? ਔਖਾ ਸਮਾਂ ਚੱਲਦਾ ਅੰਕਲ ਜੀ, ਜੇ ਅੱਜ ਭਾਂਡੇ ਮੈਂ ਨਾ ਮਾਂਜੇ, ਸਮੇਂ ਨੇ ਮੈਨੂੰ ਮਾਂਜ ਦੇਣਾ। ਹੱਥ ਜੋੜਦਾ ਜੀ ਤੁਹਾਡੇ ਅੱਗੇ, ਮੈਨੂੰ ਕੋਈ ਵੀ ਕੰਮ ਦੇ ਦਿਓ, ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ। ਚੱਲਦਾ ਕੀ ਹੈ, ਦੋ ਅੰਡੇ ਭੈਣ ਛੇਤੀ। ਸੱਚੀ? ਚੱਲ ਛੇਤੀ ਕਰ। ਹੈਲੋ ਮਾਂ। ਹੈਲੋ। ਹਾਂਜੀ ਕੌਣ ਬੋਲਦਾ? ਹੈਲੋ himself. What do you mean get left or right? ਓ ਬੱਲੇ ਮੇਰੀ ਸਰਦਾਰਨੀ, ਕਿੱਦਾਂ? ਠੀਕ ਆ। ਅੱਛਾ ਕੰਮ ਮਿਲਿਆ? ਕੰਮ ਦੀ ਫਿਕਰ ਨਾ ਕਰ, ਕੰਮ ਮਿਲ ਗਿਆ ਮੈਨੂੰ, ਜਮਾ ਫਿਕਰ ਨਾ ਕਰ। ਤੂੰ ਕੁਛ ਖਾਧਾ? ਓ ਮੈਂ ਤੈਨੂੰ ਪੁੱਛਦਾ, ਖਾਧਾ ਕੁਛ? ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਹੋ ਗਈ ਕੋਸ਼ਿਸ਼। ਹੈ ਨਾ, ਚੱਲ ਤੂੰ ਆ, ਮੈਂ ਬਣਾਉਣਾ ਤੇਰੇ ਵਾਸਤੇ ਕੁਛ ਨਾ ਕੁਛ। ਇੱਕ ਮਿੰਟ ਚ ਆ ਗਿਆ ਬਸ ਬਣਾ ਕੇ। ਪੱਕਾ? ਹਾਂ ਹਾਂ, ਫਿਕਰ ਨਾ ਕਰ ਤੂੰ। ਆਲੇ ਬਣ ਗਏ ਚੌਲ। ਦੱਸੀ ਕਿਵੇਂ ਬਣਿਆ? ਕੀ ਹੋਇਆ? ਕੁਛ ਕੁਛ ਐ ਕੀ ਹੋਇਆ, ਛਾਲੇ ਕਿਉਂ ਪੈ ਗਏ? ਹਾਂ ਉਹ ਕੁਛ ਨੀ, ਸਵੇਰੇ ਹੱਥ ਸੜ ਗਏ ਸੀ, ਅੰਕਲ ਨਾਲ ਕੰਮ ਕਰਦਾ ਪਿਆ ਸੀ ਰੇੜੀ ਤੇ। ਕੁਛ ਨੀ ਹੋਇਆ, ਤੂੰ ਫਿਕਰ ਨਾ ਕਰ। ਰੇੜੀ ਤੇ? ਚੱਕੇ ਤੂੰ ਤੂੰ ਰੇੜੀ ਤੇ ਕੰਮ ਕਰੇਗਾ? ਕਦੇ ਨਹੀਂ ਸੋਚਿਆ ਸੀ ਕਿ ਇਹਨਾਂ ਕੀੜਿਆਂ ਮਕੌੜਿਆਂ ਵਾਂਗੂ ਜੀਣਾ ਪਏਗਾ, ਕਿਵੇਂ ਕੱਟਾਂਗੇ ਸਾਰੀ ਜ਼ਿੰਦਗੀ। ਕਾਇਨਾਤ, ਰੱਬ ਨੇ ਆਪਾਂ ਨੂੰ ਇਕੱਠੇ ਰੱਖਿਆ, ਇਹ ਤੋਂ ਸੋਹਣੀ ਹੋਰ ਜ਼ਿੰਦਗੀ ਕੀ ਚਾਹੀਦੀ ਆਪਾਂ ਨੂੰ? ਕਿਸ ਚੀਜ਼ ਦੀ ਕਮੀ ਹੈ ਆਪਣੇ ਕੋਲ? ਪੈਸੇ ਦੀ ਨਾ? ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਬਹੁਤ ਮਿਹਨਤ ਕਰੂੰਗਾ,
बहुत सारा पैसा इकट्ठा करूंगा मैं। तू फिक्र ना कर, चल रोटी खा। ओए हुण तैनू अंग्रेजी च समझावा, चल रोटी खा। मैं नहीं खानी रोटी। चल फिर खवा दे, भुख बहुत लगी है। चल रोटी खा। पहला तू खा, चल खा फटाफट। ठीक है, मैं सोच लिया, मैं भी काम करांगी, असी असी इकट्ठे मिलके पैसे कमावांगे। हाँ क्यों यार, पर मैनू तां कोई काम ही नहीं आंदा। कोई गल नहीं कुड़िए, कोई गल नहीं, फिकर ना कर, तेरे वास्ते है एक नौकरी मेरे दिमाग नाले, ओना नाल मेरी पुरानी जान पछाण है। हाँ सदके जावा, थोड़ी यही जी जान पछाण दे, मेरी बार जान पछाण किथे गई सी थोड़ी, मेनू तो कोई नौकरी दवानी हुई थोड़े तो। पारखू नजर है काका, पारखू नजर, मिनट च पछाण लीदा कि बंदे दे पल्ले की है। ओ इधर फड़ा। चबड़ चबड़ गल्ला मारता है, कुड़ी तो कुछ सीख ही ले, कमाल दे बनाया दाल चौल। आ दाल चौल दास ने बनाया, थोड़ी धी ने नहीं बनाए। ताही कहां भी दाल च रोड़कू जे क्यों आई जा रहे, चुगी नहीं होनी चंगी तरह। चलो कोई गल नहीं, सार लांगे, नौकरी पक्की है तेरी बुत। हां पक्की। सर थोड़ी बहुत मेहरबानी, तुसी मैनू टाइम देता, कुड़ी नू नौकरी दी बहुत जरूरत है सर। इट्स ओके, हाय आई एम रजत भाटिया, मैनेजर ऑफ दिस होटल। तुसी कौन? मैं नाल हां जी। इंटरव्यू तो इन्हां दी है ना, सो तुसी बाहर वेट करो, प्लीज हैव अ सीट। सर बाहर? हां जी हां जी, तुसी दोनों बाहर वेट करो। आ जा। अच्छा जी, सत श्री अकाल। हां जी, मे हैव यू इंट्रोडक्शन प्लीज। जी मेरा नाम कायना टिल्लो है, ते मैं ग्रेजुएशन कर रही हूँ। हेलो पानी। आ हुंदा जी चंगी जान पछाण दा फायदा, चाह पानी टाइम सिर ही मिल जांदा। बेटा मैं तो चंडा ना खाली तू। हाँ जॉब मिल गई। देखे मेरी जान पछाण, फिर होती है जान पछाण। ओ मेरा बच्चा। चलो चंगा कीता तुसी, जेड़ा ये ला लिया ना। ओ मैं ता जी आप पर्दे जे लाई जांदा सी, मैनू पता जो तू ला रहा सीगा। चलो मैं भी चैन नाल पै जूंगा। मैनू भी सुन दियो, गल्लां ही नहीं मुकदियां इन्हां दी।
ਬੱਲੀ ਕੀ ਹੋਇਆ? ਪੁੱਤ ਭੈਣ ਭਰਾ ਦਾ ਰਿਸ਼ਤਾ ਏਦਾਂ ਨਹੀਂ ਟੁੱਟਦਾ ਹੁੰਦਾ। ਟੋੜ ਤਾਂ ਉਦਣ ਹੀ ਗਈ ਸੀ ਬੇਬੇ, ਹੁਣ ਤਾਂ ਮੈਂ ਇਹੀ ਸੁੱਖਾਂ ਸੁੱਖਦਾ ਕਿ ਦੁਬਾਰਾ ਕਿਤੇ ਮੇਰੀ ਭੈਣ ਬਣ ਕੇ ਨਾ ਜਾਂਦੀ। ਤੁਸੀਂ ਕੁਛ ਸਮਝਣ ਦੀ ਕੋਸ਼ਿਸ਼ ਕਰੋ, ਇਹ ਧੀ ਹੈ ਆਪਣੀ, ਬੱਚਿਆਂ ਤੋਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ। ਗਲਤੀ ਤੇ ਗੁਨਾਹ ਦੇ ਵਿੱਚ ਬੜਾ ਫਰਕ ਹੁੰਦਾ। ਸਰ ਹੋ ਗਈ ਕਾਰਵਾਈ ਪੂਰੀ? ਹਾਂਜੀ ਹਾਂਜੀ ਹੋ ਗਈ। ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਜਿਉਂਦੇ ਰਹੋ, ਜਿਉਂਦੇ ਰਹੋ, ਗੁਰੂ ਮਹਾਰਾਜ ਹਮੇਸ਼ਾ ਤੁਹਾਨੂੰ ਸੁਖੀ ਰੱਖੇ। ਹੁਣ ਇਕੱਲੇ ਫੁੱਲਾਂ ਨਾਲ ਹੀ ਸਾਰਨਾ ਜੀ, ਸ਼ਗਨ ਸ਼ਗਨ ਵੀ ਪਾ ਦਿੰਦੇ ਮਾੜਾ ਜਿਹਾ। ਜਿਹੇ ਜੇ ਤੇਰੇ ਲੱਛਣ ਹੈ ਨਾ, ਤੈਨੂੰ ਸ਼ਗਨ ਨਹੀਂ, ਤੇਰੇ ਚੰਡਾ ਪੈਣੀਆਂ ਚਾਹੀਦੀਆਂ। ਆਇਆ ਵੱਡਾ ਸ਼ਗਨਾਂ ਵਾਲਾ, ਆ ਫੜ ਸ਼ਗਨ ਲਿਓ। ਉਹ ਤੈਨੂੰ ਨੀ ਆਪਣੀ ਧੀ ਨੂੰ ਦਾਂਗਾ, ਆ ਫੜ ਕੁੜੀਏ। ਉਹ ਜਿਉਂਦੀ ਰਹਿ ਮੇਰਾ ਬੱਚਾ, ਜਿਉਂਦੀ ਰਹਿ। ਹੁਣ ਝਾਂਕਦਾ ਹੀ ਰਹੇਗਾ ਕਿ ਫੋਟੋ ਵੀ ਖਿਚਾਏਗਾ? ਚੱਲ ਫੋਟੋ ਖਿਚਾ। ਹੈਲੋ, ਹੈਲੋ, ਕੌਣ? ਕੋਈ ਬੋਲ ਹੀ ਨਹੀਂ ਰਿਹਾ। ਹੈਲੋ ਮਮਾ। ਕਾਇਨਾਤ, ਕਿੱਥੋਂ ਬੋਲ ਰਹੀ ਹੈ ਪੁੱਤ? ਇੰਨੇ ਸਾਲਾਂ ਬਾਅਦ ਖਿਆਲ ਆਇਆ ਤੈਨੂੰ ਮਾਂ ਦਾ? ਨਹੀਂ, ਖਿਆਲ ਤਾਂ ਰੋਜ਼ ਆਉਂਦਾ, ਪਰ ਫੋਨ ਕਰਨ ਦਾ ਹੌਸਲਾ ਅੱਜ ਆਇਆ। ਤੁਸੀਂ ਬਹੁਤ ਨਾਰਾਜ਼ ਹੋ ਨਾ ਮੇਰੇ ਨਾਲ, ਹੁਣ ਵੀ ਨਾ ਰੋਜ਼ ਤੇਰੇ ਕਮਰੇ ਦੀ ਸਫਾਈ ਕਰਵਾਨੀ ਆ ਮੈਂ। ਜਦੋਂ ਕਦੇ ਆਪਣੇ ਲਈ ਕੱਪੜੇ ਖਰੀਦਦੀ ਆ ਨਾ, ਸਭ ਤੋਂ ਪਹਿਲਾਂ ਤੇਰੇ ਲਈ ਸੂਟ ਲੈਣੀ ਆ। ਅੱਜ ਵੀ ਲੌਂਜ ਚ ਬੈਠ ਕੇ ਤੇਰੀ ਪਸੰਦ ਦੀ ਬਲੈਕ ਕਾਫੀ ਪੀਂਦੀ ਆ, ਤੇ ਹਰ ਸੰਡੇ ਤੇਰਾ ਬੋਲਟ ਵੀ ਸਾਫ ਕਰਵਾਉਣੀ। ਮੰਮਾ, ਮੰਮਾ, ਤੁਹਾਨੂੰ ਪਤਾ, ਤੁਹਾਨੂੰ ਪਤਾ ਮੇਰਾ ਮੇਰਾ ਇੱਕ ਬੇਟਾ ਵੀ ਹੈ। ਮੰਮਾ, ਮੰਮਾ, ਇੱਕ ਸੈਕਿੰਡ, ਮੈਂ ਤੁਹਾਡੀ ਨਾ ਗੱਲ ਕਰਵਾਨੀ ਹੈ ਨਾ, ਇੱਕ ਸੈਕਿੰਡ। ਜਗਤੇ, ਹਰਮਨ ਨੂੰ ਲਿਆਈ? ਇੱਕ ਸੈਕਿੰਡ ਮੰਮਾ, ਛੇਤੀ। ਹਾਂ ਹਾਂ, ਆ ਗਿਆ। ਪੁੱਤ, ਨਾਨੀ, ਨਾਨੀ, ਨਾਨੀ ਨਾਲ ਗੱਲ ਕਰੋ। ਹੈਲੋ, ਹੈਲੋ, ਬੋਲੋ, ਬੋਲੋ। ਹੈਲੋ, ਉਹ ਮੇਰਾ ਬੱਚਾ, ਬੋਲ ਬਤਾ। ਮਮਾ, ਤੁਸੀਂ ਆਵਾਜ਼ ਸੁਣੀ? ਹਾਂ ਮਮਾ, ਤੁਸੀਂ ਸਭ ਕੁਝ ਦੁਬਾਰਾ ਠੀਕ ਨਹੀਂ ਕਰ ਸਕਦੇ? ਕਰ ਦੋ ਨਾ ਮਮਾ, ਮੈਨੂੰ ਪਤਾ ਤੁਸੀਂ ਸਭ ਕੁਝ ਦੁਬਾਰਾ ਠੀਕ ਕਰ ਸਕਦੇ ਹੋ, ਮੈਨੂੰ ਪਤਾ ਮਮਾ। ਹੈਲੋ ਮਮਾ, Thank you.
सारी चॉकलेट खाएगा ਇੰਨੀ ਸਾਰੀ ਚਾਕਲੇਟ ਲੈ ਕੇ ਦਾਂਗਾ ਆਪਣੇ ਮੁੱਤ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਇਹਨੂੰ ਰੋਜ਼ ਰੋਜ਼ ਚਾਕਲੇਟ ਨਾ ਦਿਆ ਕਰੋ ਡੰਨ ਸੜ ਜਾਣੇ ਉਹ ਕੁੜੀਏ ਦਾਦੇ ਪੋਤੇ ਦੀਆਂ ਗੱਲਾਂ ਤੂੰ ਵਿੱਚ ਨਾ ਬੋਲਿਆ ਕਰ ਮੇਰੇ ਪੁੱਤ ਕਿੱਡਾ ਸੋਹਣਾ ਹੈ ਇੰਨੀ ਸਾਰੀ ਚਾਕਲੇਟ ਲੈ ਕੇ ਦਾਂਗਾ ਸ਼ੈਤਾਨ ਜਿਹਾ ਹੁਣੇ ਲੈ ਕੇ ਆਇਆ ਮੈਂ ਹੈ ਆ ਜਾ ਜੀ ਆ ਜਾ ਇੰਨੀ ਸਾਰੀ ਚੀਜ਼ੀ ਖਾਏਗਾ ਮੇਰੇ ਬੱਚਾ ਹਾਲ ਨੇ ਤੇਰੇ ਕਾਨਾਤ ਬੱਲੀ ਵੀਰੇ ਕਿਵੇਂ ਆ ਤੂੰ 5 ਸਾਲ ਹੋ ਗਏ ਜਮਾ ਹੀ ਨਹੀਂ ਬਦਲੀ ਹੈ ਜੀ ਭਾਜੀ ਹੁਣ ਭਾਈ ਆਇਆ ਤੇਰਾ ਬਾਹਰ ਹੀ ਖੜਾਈ ਰੱਖੇਂਗੇ ਕਿ ਅੰਦਰ ਵੀ ਲੈ ਕੇ ਜਾਏਂਗੇ ਕਮਾਲ ਕਰਦੀ ਹੈ ਹੈਂ ਆ ਜਾ ਅੰਦਰ ਆ ਵੀ ਆ ਆ ਜਾ ਆ ਗਿਫਟ ਦਿੱਤਾ ਘਰ ਤੈਨੇ ਤੇਰੇ ਲਈ ਫੜਾਓ ਬਈ ਜਿਉਂਦੇ ਵਸਦੇ ਆ ਵੀ ਲਓ ਮੈਂ ਹੁਣੇ ਗਿਫਟ ਰੱਖ ਕੇ ਆਈ ਪਾਣ ਜਾ ਬਈ ਬੜਾ ਸੋਹਣਾ ਬਈ ਪਾਣੀ ਅੱਛਾ ਸਾਡਾ ਭਾਣਜਾ ਹੈ ਹਾਂ ਕੀ ਨਾਮ ਰੱਖਿਆ ਤਾ ਹਰਮਨ ਸੋਹਣਾ ਨਾ ਇਹਨੇ ਮੇਰੇ ਤੇ ਜਾਣਾ ਵੇਖ ਲਈ ਮੰਮੀ ਪਾਪਾ ਕਿਵੇਂ ਵੀਰੇ ਵਧੀਆ ਸਾਰੇ ਤੈਨੂੰ ਯਾਦ ਕਰਦੇ ਸੀ ਅੱਛਾ ਤੇ ਹੋਰ ਤੁਹਾਡਾ ਹੱਥ ਕਿਵੇਂ ਹੱਥ ਬਿਲਕੁਲ ਠੀਕ ਹੈ ਹੁਣ ਤਾਂ ਮੈਂ ਤੁਹਾਡੀ ਫੇਵਰੇਟ ਕਾਫੀ ਲੈ ਕੇ ਆਉਂਦੀ ਹਾਂ ਓ ਭੁੱਲੀ ਨਹੀਂ ਹਾਲੇ ਤੂੰ ਹੈ 5 ਸਾਲ ਹੋ ਗਏ ਪੀਤੀ ਨਹੀਂ ਹੁਣ ਪੀਵਾਂਗੇ ਸਾਰੇ ਪੀਵਾਂਗੇ ਠੀਕ ਹੈ ਮੈਂ ਤੈਨੂੰ ਕਿਹਾ ਸੀ ਨਾ ਕਿ ਸਭ ਕੁਝ ਠੀਕ ਹੋ ਜਾਣਾ ਜਗਤ ਅੱਜ ਮੈਂ ਬਹੁਤ ਖੁਸ਼ ਹਾਂ ਹਾਏ ਸੱਚੀ ਤੂੰ ਇੱਕ ਕੰਮ ਕਰ ਤੂੰ ਵੀਰੇ ਨੂੰ ਮਿਲ ਲੈ ਮੈਂ ਕਾਫੀ ਲੈ ਕੇ ਆਉਂਦੀ ਹਾਂ ਹਾਂ ਮੈਂ ਵੀਰੇ ਨੂੰ ਮਿਲਦਾ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਕੀ ਹਾਲ ਹੈ ਜੀ ਆ ਵੀ ਕੀ ਹਾਲ ਨੇ ਵਧੀਆ ਜੀ ਕੀ ਹਾਲ ਹੈ ਜੀ ਸੋਹਣਾ ਘਰ ਆਵੇ ਤੇਰਾ ਧੰਨਵਾਦ ਜੀ ਗਰਮੀਆਂ 'ਚ ਇੱਥੇ ਰਿਹਾ ਕਰਾਂਗੇ ਜ਼ਰੂਰ ਜੀ ਬਿਲਕੁਲ ਸਹੀ ਆਖਿਆ ਜੀ ਹਨਾ ਠੰਡੇ ਲੱਗਦਾ ਸਵਾਦ ਹੀ ਹੋਰ ਲਓ ਕਾਫੀ ਪੀਓ ਅਸੀਂ ਇੱਕ ਮਿੰਟ 'ਚ ਆਏ ਹਾਂ ਹਾਂ ਜਾਓ ਜੀ ਸੋ ਕੋਈ ਚਾਦਰਾ ਚੰਨਾ ਲਾਉਣਾ ਯਾਰ ਕੀ ਲਈ ਬੈਠਾ ਬਦਲੇ ਹਟਵਾਣੇ ਆ ਵੇਖੋ ਮੰਮੀ ਪਾਪਾ ਨੇ ਤੁਹਾਡੇ ਲਈ ਨੀਲਾ ਕੁਰਤਾ ਪਜਾਮਾ ਭੇਜਿਆ ਸੋਹਣਾ ਹੈ ਨਾ ਬਹੁਤ ਸੋਹਣਾ ਤੇ ਹਰਮਨ ਵਾਸਤੇ ਇਹ ਖਿਡੌਣਾ ਹੈਲੋ ਹਾਂ ਚੱਲ ਮੈਂ ਆਇਆ ਹੁਣੇ ਦੁਕਾਨ ਤੇ ਆ ਮੇਰਾ ਪੁੱਤ ਉਹ ਮੇਰਾ ਬੱਚਾ ਕੈਸੇ ਜਾਤਾ ਹੈ ਦੌੜ ਦੌੜ ਕੇ
ਹੋਵੇ।